ਇਹ ਹੁਣੇ ਸ਼ੁਰੂ ਕਰਦੇ ਪਹਿਲਾ ਆਓ ਚਾਤ ਮਾਰ ਲੈਨੇ ਆ ਪੁਰੀ ਚੋਰੀਆਂ ਤੇ ਖਾਨੀਆਂ ਦੇ ਉੱਤੇ ਸਿੱਧੂ ਦੀ ਹਵੇਲੀ ਤੇ ਜਾੜਮ ਵਾਲਿਆਂ ਦੀ ਹੋਏ ਕੁੱਤੇ ਖਾਨੀ ਲੰਡਰ ਕਿਤ ਦੀ ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਵਿੱਚ ਤੁਮਤਾ ਮਨਾ ਮਨਾਈ ਜਾ ਰਹੀ ਹੈ ਬਰਸੀ ਮੰਗਤਾ ਨਤਾ ਕੁੱਤੇ ਆਮਲੇ ਸਵਿਮਿੰਗ ਪੂਲ ਦੇ ਵਿੱਚ ਮਿੱਤੀ ਕੈਨੇਡਾ ਦੀ ਇੱਕ ਪ੍ਰਸਿੱਧ ਟਿਕਟੋਕਰ ਸਟਾਰ ਦੀ ਨਿਕਲੀ ਕਾਲੀ ਤੇ ਹੁਣ ਕੁੱਤੇ ਖਾਨੀ ਮਸਤਾਰ ਦੇ ਨਾਲ ਸਿਆੜੇ ਕਹਿੰਦੇ ਨੇ ਜੇ ਭਾਂਡੇ ਦਾ ਮੂੰਹ ਖੁੱਲੋਵੇਂ ਤਾਂ ਬੰਦੇ ਨੂੰ ਆਪ ਸ਼ਰਮ ਕਰ ਲੈਣੀ ਚਾਹੀਦੀ ਆ ਜਿੰਨੇ ਵੀ ਬੰਦੇ ਸਿੱਧੂ ਦੇ ਘਰ ਦੇ ਅੱਗੇ ਜਾ ਜਾ ਕੇ ਤਸਵੀਰਾਂ ਖਿੱਚ ਜਾਂਦੇ ਨੇ ਉਹ ਖੋਤੀ ਦੇ ਬੱਚੇ ਹੋ ਤੁਹਾਨੂੰ ਨਹੀਂ ਪਤਾ ਵੀ ਘਰ ਕਿੱਦਾਂ ਬੰਦਾ ਹੈ ਮੈਂ ਤਾਂ ਕਹਾਂ ਜੇ ਸਾਲੇ ਜੀ ਤੁਸੀਂ ਸੱਚੀ વાਕੇ ਫੈਣ ਨਾ ਆਉਂਦੇ ਲਵਾਓ ਹਫ਼ਤਾ ਪਤਾ ਦੇ ਸਿੱਧੂ ਦੇ ਘਰ ਚੱਕੋ ਰੋੜੇ ਈਟੇ ਬਜਰੀਆਂ ਪਾਓ ਉੱਥੇ ਪੈਣ ਚੋ ਸਿੱਧੂ ਵੀ ਚੰਗਾ ਹੋਵੇ ਨਾ ਕਵੇ ਫੈਣੋ ਮੇਰੇ ਆਓ ਆਓ ਇੱਥੇ ਤੁਹਾਨੂੰ ਹਫ਼ਤਾ ਰਾਇਸ਼ ਵੀ ਦਿੰਨੇ ਆ ਤੇ ਲੱਗੋ ਮਿਸਤਰੀਆਂ ਦੇ ਨਾਲ ਸਾਲੇ ਉੱਥੇ ਜਾ ਜਾ ਬਸ ਵਲੋਗ ਬਣਾਣਾ ਵੀਡੀਓ ਭਰਾਨੀ ਵੀ ਸਾਡੀ ਵੀਡੀ ਕੋਈ ਫੈਨ ਨਹੀਂ ਕੋਈ ਉਸਤਾਦ ਨਹੀਂ ਬਸ ਵੀਡੀਓ ਬਣਾਣ ਜਾਂਦੇ ਨੇ ਅੱਗੂ ਉਹ ਵਿਚਾਰਿਆਂ ਦੇ ਮਾਪਿਓ ਭੋਲੇ ਨੇ ਸਿੱਧੂ ਦੇ ਉਹ ਕੁਝ ਕਹਿੰਦੇ ਨਹੀਂ ਉਹਨਾਂ ਨੂੰ ਪਤਾ ਗੰਦੀ ਨਾਲੀ ਦੇ ਕੀੜੇ ਨੇ ਜਿਹਾ ਹੀ ਕੁਝ ਕਹਿਣਾ ਵੀ ਪੁੱਤਰ ਮਿਸਤਰੀ ਲੱਗੇ ਨੇ ਕੰਮ ਚੱਲਦਾ ਪਿਆ ਜਦੋਂ ਵਿਹਲੀ ਬਣ ਗਈ ਉਦੋਂ ਆਇਓ ਉਹਨਾਂ ਨੂੰ ਪਤਾ ਜੇ ਅਸੀਂ ਇਦਾਂ ਕਹਿ ਜਾਈਏ ਉਹਨਾਂ ਨੂੰ ਖਬਰ ਬਣਦਾ ਨਹੀਂ ਉਹਨਾਂ ਨੇ ਕਹਿਣਾ ਸਿੱਧੂ ਦੀ ਮਾਂ ਚਾਈ ਔਕੜ ਸਿੱਧੂ ਦੇ ਪਿਓ ਨੇ ਦੇਸੀ ਪੀ ਕੇ ਸਾਨੂੰ ਕੱਢੀਆਂ ਗਾਲਾਂ ਸਿੱਧੂ ਦਾ ਪਿਓ ਤੇ ਰਹਿੰਦਾ 24 ਘੰਟੇ ਤੱਲੀ ਉਹਨਾਂ ਨੂੰ ਪਤਾ ਗੰਦੀ ਨਾਲੀ ਦੇ ਕੀੜੇ ਨੇ ਉਹ ਤਾਂ ਨਹੀਂ ਵਿਚਾਰੇ ਕੁਝ ਕਹਿੰਦੇ ਇਹ ਸਾਲੇ ਉੱਥੇ ਜਾ ਜਾ ਕੇ ਮਿਸਤਰੀ ਦਾ ਇੰਟਰਵ ਮਿਸਤਰੀ ਮਿਸਤਰੀ ਨੂੰ ਕਹਿੰਦੇ ਤੁਸੀਂ ਮਿਸਤਰੀ ਸਿੱਧੂ ਨੂੰ ਕਿੱਦਾਂ ਮਿਲੇ ਸਿੱਧੂ ਨੂੰ ਛਾਦੀ.com ਤੇ ਮਿਲੇ ਸਾਰੇ ਕਿਹਨਾਂ ਨੂੰ ਪਤਾ ਮਿਸਤਰੀ ਕਿੱਦਾਂ ਮਿਲਦੇ ਨੇ ਭੈ ਦੇ ਯਾਰ ਦਿਮਾਗ ਪੈਦਾ ਲੈ ਰਿਹਾ ਯਾਰ ਤੁਹਾਡੇ ਤੁਹਾਡੇ ਘਰ ਕਿ ਮਿਸਤਰੀ ਲੱਗਾ ਹੋਇਆ ਨਾ ਤੁਹਾਡਾ ਪਿਓ ਸਾਲਿਆ ਕੋਈ 2 ਮਿੰਟ ਵੀ ਜਰਦਾ ਲਾਣ ਬਹਿ ਜੇ ਨਾ ਕੋਈ ਮਿਸਤਰੀ ਤੁਹਾਡੇ ਪਿਓ ਨੇ ਭੈ ਜੋ ਨਿਪੂ ਪਾਣੀ ਵੀ ਨਹੀਂ ਪਲਾਉਂਦੇ ਇਦਾਂ ਦੇ ਇਦਾਂ ਦੇ ਬੰਦੇ ਆਏ ਸਾਲੇ ਮਿਸਤਰੀਆਂ ਨੂੰ ਉੱਥੇ ਉੱਥੇ ਜਾ ਦੋ ਦੋ ਘੰਟੇ ਉਹਨਾਂ ਦੀ ਇੰਟਰਵਿਊ ਲੈਂਦੇ ਨੇ ਖੋ ਕਿਵੇਂ ਹੀਰਾ ਮੰਡੀ ਦੀ ਪਦਾਇਸ਼ ਨੇ ਸਾਰੇ ਪੈ ਟਰਾਲੀ ਬਣਾ ਦੇ ਉਹ ਵੇਖੋ ਸਿੱਧੂ ਨੇ ਟਰਾਲੀ ਬਣਾਈ ਸਿੱਧੂ ਨੇ ਨੰਬਰ ਪਲੇਟ ਟਰੈਕਟਰ ਦੀ ਆ ਆਲਾ ਹੈ ਫਿਰ ਉਹ ਇੰਸਟਾਗ੍ਰam ਤੇ ਲਾਈਵ ਆਜੇ ਸਿੱਧੂ ਨੇ ਹੇਟਰਾਂ ਨੂੰ ਉਹ ਭਾਵੇਂ ਉਹ ਤੇ ਦਿਮਾਗ ਚ ਵੀ ਨਾ ਹੋਵੇ ਉਦ ਦਾ ਸਿਆ ਸਬਾਕਿਆ ਆ ਹੋਵੇ ਅਗਲਾ ਵੀ ਚੱਲ ਅੱਜ ਲਾਈਵ ਹੁੰਨੇ ਆ ਉਹਦੀ ਗੱਲਾਂ ਤੋੜ ਮਰੋੜ ਕੇ ਪੇਸ਼ ਕਰਕੇ ਸਿੱਧੂ ਨੇ ਕਰਨੇ ਨੂੰ ਦਾ ਜਵਾਬ ਸਿੱਧੂ ਦੇ ਬੱਬੂ ਮਾਨ ਨੂੰ ਜਵਾਬ ਉਹਨੂੰ ਪਤਾ ਵੀ ਨਹੀਂ ਭਾਵੇਂ ਹੋਵੇ ਇਹ ਸਾਲੇ ਉਹ ਵਿਚਾਰਾ ਖੇਤਾਂ ਚ ਕੰਮ ਕਰਦਾ ਰਹਿੰਦਾ 24 ਘੰਟੇ ਨਾ ਇਹ ਗੱਲ ਹੀ ਇਹਨਾਂ ਨੇ ਗਰੈਂਡ ਕਰਨੀ ਪੀ ਸਿੱਧੂ ਦੇ ਇੰਨੇ ਲੱਖਾਂ ਲੋਕ ਕਰੋੜਾ ਲੋਕ ਨੂੰ ਸੁਣਦੇ ਨੇ ਇੰਨੇ ਮਿਲੀਅਨ ਉਹਦੇ ਫੋਲੋਅਰ ਨੇ ਪਰ ਬੰਦਾ ਅੱਜ ਵੀ ਆਪ ਟਰੈਕਟਰ ਤੇ ਬਹਿ ਕੇ ਖੇਤੀ ਕਰਦਾ ਇਹ ਗੱਲ ਨਹੀਂ ਗਰਾਨ ਕੀਤੀ ਅਲੰਡਰ ਕਿਲ ਤੋਂ ਰੇ 2-2 ਲੱਖ ਫੋਲੋਅਰ ਨਹੀਂ ਆ ਮੰਗਤਾ ਹੋ ਗਿਆ ਦਾ ਮਾਡਰਨ ਦਲਾ ਹੋ ਗਿਆ ਨਿਊਜ਼ੀਲੈਂਡ ਵਾਲਾ 2-2 ਲੱਖ ਫੋਲੋਅਰ ਨਹੀਂ ਤੇ ਸਾਲੇ ਕੰਮ ਛੱਡ ਕੇ ਬੈਠੇ ਨੇ ਤੇ ਉਹ ਬੰਦਾ ਫਿਰ ਵੀ ਉਹਨੇ ਕੰਮ ਨਹੀਂ ਛੱਡਿਆ ਅੱਜ ਫਿਰ ਵੀ ਅੱਥੀ ਕੰਮ ਕਰਦਾ ਪਿਆ ਇਹ ਗੱਲ ਨਹੀਂ ਉਹਦੇ ਕੋ ਸਿੱਖਣੀ ਆ بس ਉਹ ਸਿੱਖਣੀ ਜਿਹੜੀ ਉਹ ਹਵਾ 'ਚ ਗੱਲਾਂ ਮਾਰਦਾ ਯਾਰ ਤੇਰਾ ਇਦਾਂ ਯਾਰ ਤੇਰਾ ਹੁੰਦਾ ਉਹਦਾ ਕੰਮ ਏ ਉਹਨੇ ਹਵਾ 'ਚ ਗੱਲਾਂ ਮਾਰਨੀ ਉਹਨੂੰ ਪੈਸੇ ਉਹਦੇ ਮਿਲਦੇ ਨੇ ਤੇ ਤੁਸੀਂ ਚੌਧਰੀ ਸਾਲਿਓ ਵੱਖਰੇ ਹੀ ਬੜੇ ਹੋ ਭੈਣ 'ਚ ਪਤਾ ਨਹੀਂ ਕਿਹੜੀ ਗੱਲ ਨੂੰ ਕਿੱਦਾਂ ਤੋੜ ਮਰੋੜ ਕੇ ਪੇਸ਼ ਸਾਲੇ ਕਰ ਦਿੰਦੇ ਨੇ ਕਿ ਉਹ ਖੇਤਾਂ 'ਚ ਕੰਮ ਕਰਦਾ ਰਹਿੰਦਾ 24 ਘੰਟੇ ਕਿਸੇ ਦਿਨ ਉਹਨੇ ਵੇਖਿਆ ਨਾ ਮੇਰੇ ਜੱਟ ਢਿਡ 'ਚ ਪ੍ਰੈਸ਼ਰ ਪੈਂਦਾ ਬਾ ਘਰ ਕੀ ਜਾਣਾ ਇੱਥੇ ਟੱਟੀ ਕਰ ਲੈਣੇ ਇਹਨਾਂ ਦੇ ਸਾਲੇ ਪਹੁੰਚਣਾ ਕੈਮਰਾ ਲੈ ਕੇ ਵੇਖੋ ਸਿੱਧੂ ਕਹਿੰਦਾ ਡਾਊਨ ਟੂ ਅਰਥ ਸਿੱਧੂ ਦੇ ਨੇ ਮਿਲੀਅਨ ਫਾਲੋਅਰ ਹੋ ਕੇ ਸਿੱਧੂ ਪਰ ਫਿਰ ਵੀ ਸਾਗ ਨਾਲ ਰੋਟੀ ਖਾ ਕੇ ਹਰ ਹਾਲ ਨੇਡਾ ਕੀਤਾ ਵੇ ਕੋ ਸਿੱਧੂ ਅੱਜ ਵੀ ਰਾਜਮਾ ਨਾਲ ਰੋਟੀ ਖਾਂਦਾ ਵੇ ਖੋਲੇਂਡੇ ਜੂ ਨਿਕਲੇ ਰਾਜਮਾ ਉਹ ਖੋਤੀ ਦੇ ਬੱਚੇ ਉਹ ਜੇ ਵੀਡੀਓ ਬਣਾਣੀ ਹੈ ਉਹ ਦਿੱਲੀ ਜਾ ਕੇ ਵੀਡੀਓ ਬਣਾਓ ਧਰਨੇ ਦੀ ਵੀਡੀਓ ਬਣਾਓ ਭਾਈ ਹਵਾਰੇ ਦੇ ਘਰ ਜਾ ਕੇ ਵੀਡੀਓ ਬਣਾਓ ਪ੍ਰੋਫੈਸਰ ਭੁੱਲਰ ਦੇ ਘਰ ਜਾ ਕੇ ਬਣਾਓ ਸ਼ਹੀਦ ਭਗਤ ਸਿੰਘ ਦੇ ਘਰ ਬਣਾਓ

ਯਾਨੀ 1 ਸਾਲ ਮੇ ਸਿਲੰਡਰ ਦੇ दाम ਪੜੇ 36% ਬੜਾ ਬੜਾ ਪਰੇਸ ਚੀ ਦਾ ਵੀ ਹਾਲ ਪੰਜਾਬੀਆਂ ਨੇ ਕਰ ਛੱਡਿਆ ਆਸਟ੍ਰੇਲੀਆ ਰਹਦੇ ਪੰਜਾਬੀ ਜੋੜੇ ਨੇ ਬਣਾ ਛੱਡਿਆ ਦੇਸੀ ਚੁੱਲਾ ਤੁਸੀਂ ਵੀ ਆਰਡਰ ਕਰ ਸਕਦੇ ਹੋ ਲੰਡਾ.com ਤੇ ਜਾ ਕੇ ਤੇ Amazon ਤੇ ਵੀ ਉਪਲਬਧ ਦੇਸੀ ਚੁੱਲਾ ਦੇਸੀ ਚੁੱਲਾ ਇਹਦੇ ਤੇ ਕਰਾਂਗਾ ਜੈ ਰੋਸਟ ਦੇਸੀ ਚੁੱਲੇ ਦੇ ਇਹਨਾਂ ਨੂੰ ਇਹ ਸਾਲਾ ਉਹ ਜਿਹੜੀ ਵੀਡੀਓ ਇੱਕ ਵੀਡੀਓ ਆਂਦੀ ਵੀ ਜਿਹੜੇ ਜਖਟਾ ਪਰਨਾ ਬਣਿਆ ਮੇਰੇ ਖਰਾਬ ਬੋਲ ਦੇਣਾ ਸਾਲਾ ਕਹਿੰਦਾ ਹੁਣ ਤੇ ਪੰਜਾਬ ਦੇ ਵਿੱਚ ਤਕਰੀਬਨ ਆਉਣ ਵਾਲੇ ਫਿਊਚਰ ਦੇ ਵਿੱਚ ਸਾਰੀਆਂ ਤਕਰੀਬਨ ਲਵ ਮਰਜਾ ਹੋਣੀਆਂ ਹਮ ਲਵ ਮਰਜਾ ਹੋਣੀਆਂ ਹਮ ਠੀਕ 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 ਹਥਿਆਰ ਕਿਹੜਾ ਸਹੀ ਰਹੇਗਾ ਜਿਹੜੇ ਦੇ ਮੈਂ ਚਤੜ ਛੇਕਾਂ ਉਹਦੇ ਨਾਲ ਕੋਈ ਚੰਗਾ ਜਿਹੜਾ ਹਥਿਆਰ ਪਹਿਲਾਂ ਤੇ ਭਾਜੀ ਨੂੰ ਕਰਦੇ ਅਰਗਬਤੀ ਪਹਿਲਾਂ ਤੇ ਆਪਣੇ ਹਰਮਨ ਚੀਮਾ ਸਾਹਿਬ ਤੇਰੇ ਪਿਛਵਾੜੇ ਨੂੰ ਨਾ ਮਾਂ ਕਰਾਂ ਅਗਰਬੱਤੀ ਪਹਿਲਾਂ ਤਾਂ ਉਹਦੀ ਮੈਂ ਤਾਰਾ ਅਗਰਬੱਤੀ ਕਿਉਂਕਿ ਅੱਜ ਬੜਾ ਤੇਰੀ ਸਿੱਖਣੀ ਹੈ ਅੱਜ ਤੇਰੀ ਸੇਕ ਸੇਕ ਹੈ ਨਾ ਕਰ ਦੇਣੀ ਮੈਂ ਟਮਾਟਰ ਵਰਗੀ ਲਾਲ ਆ ਤੇਰੀ ਹੈ ਆ ਲੋਚ ਆਲੇ ਠੀਕ ਹੁਣ ਕਰ ਛੱਡੀ ਤੇਰੀ ਤੇਰੇ ਪਿਛਵਾੜੇ ਦੀ ਪੂਜਾ ਹੁਣ ਹੋਵੇਗੀ ਤੇਰੀ ਕੁੱਤੀ ਕੁੱਤੀ ਦਿਆ ਸਾਲਿਆ ਤੈਨੂੰ ਨਹੀਂ ਪਤਾ ਭੈਣ ਦੇ ਆ ਮਾਂ ਆਮ ਵੇ ਸਾਲਿਆ ਆ ਮੇਰੇਆ ਖੋਤੀ ਦੇ ਬੱਚਿਆ ਕੀ 13 ਸਾਲਾ ਦੀ ਤੇਰੀ ਮਾਂ ਕਿਸੇ ਤੇਰੇ ਆਸ਼ਕ ਪਿਓ ਨਾਲ ਭੱਜ ਕੇ ਵਿਆਹ ਕਰਾ ਗਏ ਇਹਦਾ ਜ਼ਿੰਮੇਵਾਰ ਕੌਣ ਹੈ ਤੇ ਤੂੰ ਤੂੰ ਭੈਣ ਚੋਦਾ ਤੂੰ ਜਿਹੜਾ ਸਾਲਿਆ ਆ ਕੇ ਕਹਿੰਦਾਵੇਂ ਵੀ ਹੁਣ ਤੇ ਪੰਜਾਬ ਚਲਾ ਮਰਜਾ ਹੀ ਹੋਣੀ ਆ ਉਹ ਖੋਤੀ ਦਿਆ ਨਿਆਣਿਆਂ ਤੇ ਅਸਰ ਪੈਂਦਾ ਭੈਣ ਦੇ ਯਾਰਾ ਨਿਆਣਿਆਂ ਤੇ ਅਸਰ ਪੈਂਦਾ ਪਤਾ ਨਹੀਂ ਉਹਨੇ ਤੇਰੀ ਹਰੇ ਵੀਡੀਓ ਵੇਖ ਲਈ ਉਹ ਕਹਿੰਦੀ ਹੈ ਅੱਡੇ ਜਿਮੇਵਾਰ ਬੰਦੇ ਕਹਿੰਦੇ ਪਏ ਨੇ ਕਿ ਹੁਣ ਤੇ ਲਵ ਮਰਜ ਹੋਣੀ ਚਲ ਮੈਂ ਹੀ ਭੱਜ ਜਾ ਆ ਅਸਰੇ ਤੁਹਾਡਾ ਕੁੱਤੇ ਕੁੱਤੇ ਹੋ ਤੁਹਾਡਾ ਅਸਰਾ ਆਵੇ ਹਰਾਮ ਦੇ ਪਤਾ ਨਹੀਂ ਕਿੱਥੇ ਜੰਮ ਕੇ ਸੱਟੇ ਨੇ ਕਹਿੰਦਾ ਮੇਰੀ ਮੰਮੀ ਕਹਿੰਦੀ ਪਾਠ ਕਰ ਕੋ ਤੇ ਤੇਰੀ ਮੰਮੀ ਇਹ ਨਹੀਂ ਦੱਸਿਆ ਵੀ ਕੇਸ ਵੀ ਰੱਖੀਦੇ ਨੇ ਮੈਂ ਪਹਿਲੇ ਗੱਲ ਕਰਦਾ ਮੈਂ ਕਈ ਬੰਦੇ ਆ ਕੇ ਕਹਿੰਦੇ ਤੂੰ ਪਹਿਲਾਂ ਕੇਸ ਉਹ ਮੈਂ ਇਹ ਕਹਿੰਦੇ ਮੈਂ ਪਾਠ ਕਰੋ ਮੈਂ ਖੁਦ ਨਹੀਂ ਕਰਦਾ ਮੈਂ ਤੈਨੂੰ ਕੌਣ ਕਹਿੰਦਾ ਨਾ ਪਾਠ ਕਰਨ ਨਾਲ ਪਰ ਚਲ ਠੀਕ ਹੈ ਪਾਠ ਕਰਦੇ ਹੋਣਗੇ ਕਹਿੰਦੇ ਨੇ ਪਾਠ ਕਰੋ ਪਰ ਸਾਲੇ ਆਪ ਤੇ ਅਮਲ ਕਰਦੇ ਨਹੀਂ ਉੱਪਰ ਪਾੜ ਚੱਲਦਾ ਹੁੰਦਾ ਇਹਨਾਂ ਦੇ ਕੱਥਲੇ ਦਾੜੀ ਮੁੰਦੇ ਹੁੰਦੇ ਨੇ ਸਾਰੀ ਸਰੀਰ ਦੀ ਵੈਕਸਿਨਸ ਸਾਲਾ ਕਰਾਂਦਾ ਸਾਰੀ ਸਰੀਰ ਦੀ ਵੈਕਸਿਨ ਕਰਾਂਦਾ ਸਾਲਾ ਅੰਜਲੀਨਾ ਜੋਲੀ ਬੰਦਾ ਪੈਂਦਾ ਯਾਰ ਸੁਰਮਾ ਪਾੰਦਾ ਭਾਂ ਜੋ ਹਿਜੜੇ ਵਾਂਗੂ ਜਿੱਦਾਂ ਸਾਲਾ ਥਾਲੀ ਵੀ ਜਾਣਾ ਲ ਹੁੰਦਾ ਭੈਂ ਭੈਂਦਾ ਯਾਰ ਖੁਸਰਾ ਉਹ ਅੱਗੂ ਸਾਲਾ ਐਡਾ ਵੇ ਬਿਸ਼ਰਮ ਬਿਸ਼ਰਮ ਨੇ ਇਹਦੀ ਸ਼ਕਲ ਵਲ ਵੇਖ ਕੇ ਲੱਗਦਾ ਲੰਡਰ ਕਿਰਦੇ ਦੀ ਵੀ ਇਹਨਾਂ ਦੇ ਘਰ ਸੱਜਰੀਆਂ ਤਿੰਨ ਮੋਤਾ ਆਈਆਂ ਨੇ ਲਗਦਾ ਕਿਸੇ ਬੰਦੇ ਨੂੰ ਪਿਸਜਰੀਆਂ ਤਿੰਨ ਮੋਤਾਂ ਇਹਨਾਂ ਦੇ ਘਰ ਹੋਈਆਂ ਨੇ ਭੂਆ ਇਹਦੀ ਜਿਹੜੇ ਕੁੱਤੇ ਬੰਦੇ ਨਾਲੇ ਫੜੀ ਜਾਂਦੀ ਹੈ ਲੰਡਰ ਕਿਰਤ ਇਹਦੀ ਭੂਆ ਛਡਾਣਾ ਕਿਉਂ ਕਿਦਾ ਪਿਓ ਨੋਰਮਲ ਗੱਲ ਘਰਾਂ ਚ ਜੇ ਤੁਹਾਡੀ ਕੋਈ ਧੀ ਮਾੜਾ ਕੰਮ ਕਰਦੀ ਹੈ ਤੇ ਬੰਦਾ ਕਿਹਨੂੰ ਫੋਨ ਲਾਂਦਾ ਆਪਣੀ ਭੈਣ ਨੂੰ ਫੋਨ ਲਾਂਦਾ ਨਾ ਵੀ ਆਹੀ ਭੈਣ ਸਮਝਾਈ ਆਪਣੀ ਭਤੀਜੀ ਨੂੰ ਇਹਦਾ ਪਿਓ ਆਪਣੀ ਭੈਣ ਨੂੰ ਫੋਨ ਲਾਂਦਾ ਹੈ ਇਹਦੀ ਭੂਆ ਨੂੰ ਜਿਹੜੀ ਮਰ ਗਈ ਹੈ ਉਹਨੂੰ ਫੋਨ ਲਾਂਦਾ ਵੀ ਭੈਣ ਆ ਕੇ ਸਮਝਾ ਉਹ ਸਮਝਾਦੀ ਉਹ ਛਡਾਦੀ ਸੀ ਤੇ ਉਹਦੀ ਮੌਤ ਵੀ ਇਹਨਾਂ ਨੇ ਦੱਸੀ ਨਹੀਂ ਤੇ ਤਾਇਆ ਤੇ ਨਮੋਤਾਂ ਤੇ ਹਜੇ ਵੀ ਖੀ 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 ਸਾਲੇ ਜਨਮ ਦਿਨ ਇਦਾਂ ਮਨਾਉਂਦੇ ਨੇ ਜਿੱਦਾਂ ਭੈਣ ਚੌਥ ਸਾਲੀਓ ਦੀ ਬਾਬੇ ਰਾਮ ਰਹੀਮ ਦੀ ਫਿਰ ਰਾਮ ਰਹੀਮ ਦੀ ਪਾਰਟੀ ਹੁੰਦੀ ਭੈਣ ਦੇ ਯਾਰ ਅੱਜ ਬੋਰਡ ਤੇ ਚੱਲੇ ਅੱਜ ਫੈਰੀ ਦੇ ਚ ਫਿਰ ਉਹ ਟਟੈਨਿਕ ਪੋਸ਼ ਮਾਰਦੇ ਪਏ ਨੇ ਟਟੈਨਿਕ ਚ ਤੇ ਬੜੇ ਕੁਝ ਦਿਖਾਂਦਾ ਸੀ ਉਹ ਤੇ ਹੀਰੋਨ ਨੂੰ ਨੰਗੀ ਕਰਕੇ ਉਹਦੀ ਪੇਂਟਿੰਗ ਵੀ ਬਣਾਉਂਦਾ ਸੀ ਤੂੰ ਕੀਤੀ ਨਹੀਂ ਭਰਾਵਾ ਅਸੀਂ ਤੇ ਸਾਲੇ ਬੈਠੇ ਰਹੇ ਪਏ ਹੁਣ ਕਰਦਾ ਨੰਗੀ ਹੁਣ ਕਰਦਾ ਸਾਲਿਆ ਝੂਟਾ ਜਿਹਾ ਦਿਵਾ ਕੇ ਉਹਨੂੰ ਆ ਗਿਆ ਨਾਲ ਉਹ ਬਿਸ਼ਰਮ ਜੀ ਨੂੰ ਲੈ ਜਾਣਾ ਰਮਤਾ ਜੋਗੀ ਨੂੰ ਕਿੰਨਾ ਕਰਾਇਆ ਦਿਨ ਉਹਦਾ ਵੇਖ ਦੱਸ ਤੇ ਸਹੀ ਕੀ ਪਤਾ ਸੀ ਵੀ ਦੇ ਦਿਆ ਅੱਜ ਕੱਲ੍ਹ ਕਰਾਇਦੇ ਬਹੁਤ ਚਲਦੀਆਂ ਵੀ ਆ ਏਦਾਂ ਦੀਆਂ ਜਿਹੜੀ ਹਨ ਬਹੁਤ ਚਲਦੀਆਂ ਵੀ ਕਰਾਇ ਤੇ ਇਹ ਕਹੇ ਮੈਂ ਅੱਗੇ ਦੱਸਾਂ ਕਿਹੜੀ ਕਰਾਇਦੇ ਚਲਦੀ ਵੀ ਕੈਨੇਡਾ 'ਚ ਬਹੁਤ ਚਲਦੀ ਵੀ ਆਂ ਤੇ ਟਿਕਟ ਟੋਕ ਤੇ ਨਾ ਉਹ ਤੇਰੀ ਦੱਸਾਂਗਾ ਐਂ ਤੇ ਦੱਸਦਾ ਉਹਦਾ ਵੀ ਬਹੁਤ ਚਲਦੀਆਂ ਨੇ ਇਹਨਾਂ ਦੇ ਸਾਲਿਆਂ ਦਾ ਚਿਹਰਾ ਕੁਛ ਪਿੱਠ ਪਿੱਛੇ ਕੁਛ ਕੰਮ ਕਰ ਕਰਦੀਆਂ ਪਈਆਂ ਨੇ ਜਾ ਜਾ ਕੇ ਭਾਂਚ ਉਹ ਤੂੰ ਸਮਝਾ ਦੇ ਤੂੰ ਸੇਲੀ ਆ ਉਹਦੀ ਕਾਹਦੀ ਸੇਲੀ ਤੂੰ ਬੰਦ ਰਹੀ ਏ ਜਿਹਨੂੰ ਸਮਝਾ ਵੀ ਤੇਰੀ ਤਿੰਨ ਮੋਤਾ ਤੁਹਾਡੇ ਘਰ ਸਜਰੀ ਹੋਈਆਂ ਨੇ ਉਖੀ ਖੀ ਖੀ ਕਰਦਾ ਪਿਆ ਇੱਥੇ ਬੰਦੇ ਤਿਹਾੜ ਛੱਡ ਦਿੰਦੇ ਨੇ ਸਾਲ ਸਾਲ ਤਿਹਾੜ ਨਹੀਂ ਦੀਵਾਲੀ ਦਸਹਿਰਾ ਕੁਛ ਨਹੀਂ ਮਨਾਉਂਦੇ ਵਿਸਾਖੀ ਤੱਕ ਨਹੀਂ ਮਨਾਉਂਦੇ ਜਿਹਦੇ ਘਰ ਮੌਤ ਹੋ ਗਈ ਹੋਵੇ ਇਹ ਸਾਲੇ ਖੀ 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 ਗਾਈਸ 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 ਪਤਾ ਨਹੀਂ ਸਾਲੀ ਕਿਹੜੀ ਗਾਣ ਨੂੰ ਯਾਦ ਕਰਦੇ ਰਹਿੰਦੇ ਸਵੇਰੇ ਸ਼ਾਮ ਹੁਣ ਜਿੰਨੀਆਂ ਵੀ ਮੈਂ ਗਾਲਾਂ ਗੱਡੀਆਂ ਨੇ ਨਾ ਉਹਨਾਂ ਨੇ ਕਿਹਾ ਤੈਨੂੰ ਬੋਲਣ ਦੀ ਅਕਲ ਨਹੀਂ ਹੈ ਤੇ ਅੰਗਰੇਜ਼ੀ 'ਚ ਭਾਵੇਂ ਮਦਰ ਫਕਰ ਤੇ ਜੋ ਮਰਜ਼ੀ ਕਰਦੇ ਰੋ ਵਿੱਚ ਇੱਕ ਕੋਈ ਫਰਕ ਨਹੀਂ ਪੈਂਦਾ ਅੰਗਰੇਜ਼ੀ 'ਚ ਗਾਲਾਂ ਦੇਈ ਜਾ ਉਹਨਾਂ ਨੂੰ ਇਹਨਾਂ ਨੇ ਕਿਹਾ ਹੈ ਫੇਰ ਉਹ ਪੜਿਆ ਲਿਖਿਆ ਸਮਝਦੇ ਨੇ ਜਿਹੜਾ ਅੰਗਰੇਜ਼ੀ ਚ ਗਾਣਾ ਗਿੰਦਾ ਉਹ ਪੜਿਆ ਲਿਖਿਆ ਸਮਝਦੇ ਨੇ ਜਿਹੜਾ ਪੰਜਾਬੀ ਚ ਗਾਣਾ ਦੇ ਦੇ ਤੈਨੂੰ ਬੋਲਣ ਦੀ ਅਕਲ ਨਹੀਂ ਤੇਰੇ ਘਰ ਮਾਂ ਪਿਆ ਨਹੀਂ ਹੈ ਮੇਰੇ ਘਰ ਮਾਂ ਵੀ ਹੈ ਤੇ ਭੈਣ ਵੀ ਆਵੇ ਪਰ ਤੋਡੇ ਵਾਂਗੂ ਡਰਾਮਾ ਨਹੀਂ ਕਰਦੀਆਂ ਫੇਰ ਜੱਡ ਫੇਰ ਵੇਖੋ ਉਹ ਸਮਤਾ ਦਾ ਜਿਹੜਾ ਵੇ ਘਰ ਵਾਲਾ ਕਿਹੜਾ ਜਸਕੀਰਤ ਉਹ ਸਾਲਾ ਐਡਾ ਠਰਕੀ ਉਹ ਜਦੋਂ ਵੀ ਕੰਮ ਤੋਂ ਆਉਂਦਾ ਨਾ ਤੇ ਉਹ ਲੰਡਰ ਲੰਡਰ ਕਰਦੇ ਤੇ ਹਰਮਨ ਚੀਮਾ ਨੂੰ ਮਾਰੀ ਜੀ ਨਾ ਉਂਗਲ ਲਾਦੇ ਨੇ ਹੈ ਉਹ ਮਜ਼ਾਕ ਕਰਦੇ ਨੇ ਇਹ ਨਾਲ ਬਾਂਦਰੀ ਜੀ ਰਲ ਕੇ ਤੇ ਉਹਦੀ ਖੀ 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 ਉਹ ਤਾਂ ਮਜ਼ਾਕ ਡਾਂਦੇ ਰਹਿੰਦੇ ਨੇ ਉਹ ਉਹ ਖੋਤੇ ਦੀ ਐ ਬੱਚੀ ਉਹ ਤੇਰਾ ਘਰ ਵਾਲਾ ਉਹਨਾਂ ਨੇ ਤੇਰੇ ਤੇਰੇ ਤੇ ਥੁੱਕਣਾ ਵੀ ਨਹੀਂ ਆ ਕੱਲ ਨੂੰ ਜਿੱਥੇ ਲੋੜ ਪਈ ਤੇਰੇ ਘਰ ਵਾਲੇ ਨੇ ਕੰਮ ਆਣ ਭੈਣ ਚੋਦ ਸਾਲੇ ਅੱਛਾ ਠਰਕੀ ਦੀ ਮੈਂ ਗੱਲ ਕਰਦਾ ਪਿਆ ਸੀ ਉਹ ਮੇਥੀ ਵਾਲੀ ਵੀਡੀਓ ਵੇਖਿਓ ਉਹ ਪਤਾ ਨਹੀਂ ਕਿਹੜੇ ਕੋਟੀ ਕੂਟੀ ਦੇ ਬੁਰਜ ਆ ਇਹਨਾਂ ਉਹਦੀਆਂ ਗੱਲਾਂ ਕੋ ਕਰਦੇ ਪਏ ਨੇ ਹੁਣ ਮੈਨੂੰ ਯਾਦ ਨਹੀਂ ਆ ਕੋਟੀ ਦੀ ਗੱਲ ਸੀ ਰੇ ਆਹ ਕੋ ਬੁਰ ਦੀ ਗੱਲ ਸੀ ਵੀ ਕੋਟੀ ਦੇ ਬੋ ਰਏ ਨੇ ਤੇ ਆ ਜਿਹੜਾ ਵੇ ਸੰਮਤਾ ਦਾ ਘਰ ਵਾਲਾ ਜਸਕੀਰਤ ਉਕੇ ਲੰਡਰ ਕਿਰਤਾ ਦੀ ਵੀ ਕਹਿੰਦੀ ਮੈਨੂੰ ਨਾ ਇੱਥੇ ਬੋਰਾ ਆ ਗਏ ਨੇ ਇੱਥੇ ਨਾ ਬੋਰਾਏ ਨੇ ਹੈ ਤੇ ਉਹਦੇ ਕੋਲ ਬੈਠਿਆ ਤੇ ਉਹਦੇ ਤਾਂ ਹੱਥ ਲਾ ਲਾ ਕੇ ਨਾ ਤੇ ਆਹ ਸਾਲਾ ਵੀਡੀਓ ਬਣਾਉਂਦਾ ਪਿਆ ਹਰਮਣ ਚਿੰਮਾ ਵੀਡੀਓ ਬਣਾਉਂਦਾ ਪਿਆ ਤੇ ਉਹ ਤੇਰੀ ਘਰ ਵਾਲੀ ਦੇ ਬੁਰ ਇੱਥੇ ਤੱਕ ਪਹੁੰਚ ਗਿਆ ਵੇ ਆ ਛਾਤੀ ਤੱਕ ਆਹ ਆਹ ਕੰਜਰਾਂ ਦੀਆਂ ਨਿਸ਼ਾਨ ਆਹ ਕੰਜਰਾਂ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਮਾ ਤਾਂ ਕੰਨ ਲੈ ਜਾਓ ਭਾਵੇਂ ਲੰਡਰ ਕਿਰਤ ਨੂੰ ਰਾਤ ਰੋਤ ਵਾਸਤੇ ਇੰਨੇ ਸਾਲ ਨੇ ਕੋਖ ਨਹੀਂ ਕਹਿਣਾ ਇਹਨੇ ਕਹਣਾ ਭੈਣ ਚੋ ਮੇਰਾ ਤੇ ਚਲਦਾ ਵਾ ਮੇਰੇ ਦਾ ਫੁੱਦੂ ਬਟੇਰਾ ਮੇਰੇ ਆਇਆ ਪੈਰ ਥਲੇ ਮੈਨੂੰ ਭਾਂਜਕਾ ਦੀ ਲੋੜ ਐ ਵੀ ਉਹਦੇ ਨਾਲ ਲੜਨ ਦੀ ਆਪਣੀ ਘਰ ਵਾਲੀ ਨਾਲ ਮੈਂ ਕਿਉਂ ਕਵਾਂ ਵੀ ਤੂੰ ਕਿਉਂ ਮੁੰਡੇ ਨਾਲ ਗਈ ਤੂੰ ਕਿਉਂ ਹੱਥ ਲਾਣ ਦਿੱਤਾ ਫੇਰ ਕੀ ਕਹਿੰਦੀ ਵੀ ਸੀ ਏ ਉਥੇ ਗਏ ਨੇ ਜਿਹੜੀ ਬਾਰ ਦੇ ਵਿੱਚ ਘਰ ਵਾਲੇ ਇਹਨੇ ਸਰਪ੍ਰਾਈਜ਼ ਦਿੱਤਾ ਨਾ ਇਹਦੇ ਜਨਮ ਦਿਨ ਤੇ ਪਤਾ ਕਾਫੀ ਸ਼ਾਪ ਤੇ ਲੈ ਗਏ ਨੇ ਤੇ ਮੁੜ ਕੇ ਕਾਫੀ ਪੀ ਕੇ ਬਾਹਰ ਆ ਕੇ ਕੀ ਕਹਿੰਦੇ ਵੀ ਮੈਨੂੰ ਨਸ਼ਾ ਹੋ ਗਿਆ ਹੈ ਤੈਨੂੰ ਨਸ਼ਾ ਤੂੰ ਵੋਦਕਾ ਪੀ ਕੇ ਨਹੀਂ ਟੱਲੀ ਹੋਈ ਤੇ ਤੈਨੂੰ ਕਾਫੀ ਦਾ ਨਸ਼ਾ ਹੁੰਦਾ ਹੈ ਵੋਦਕਾ ਤੂੰ ਨਹੀਂ ਛੱਡਦੀ ਹੁਕੇ ਤੂੰ ਨਹੀਂ ਛੜਦੀ ਤੇਰੀ ਵੀਡੀਓ ਮੈਂ ਪੁੱਤਰੀ ਇਹ ਕਰਾਂਗਾ ਕਹਿ ਦੇਣਾ ਰਿਲੀਜ਼ ਇਹ ਧਮਕੀ ਨਹੀਂ ਇਹ ਤੇਰੀ ਹੈ ਤੇਰੇ ਜਿਹੜੇ ਤੇਰੀਆਂ ਭਗਤਨੀਆਂ ਭੜੀਆਂ ਨੇ ਨਾ ਭਗਤ ਤੇਰੇ ਮੈਂ ਅੱਖਾਂ ਜੱਖਾਂ ਪਾ ਕੇ ਕਹਿਣਾ ਤੇਰੀ ਹੁਕੇ ਵਾਲੀ ਵੀਡੀਓ ਮੇਰੇ ਜੇਬ ਦੇ ਵਿੱਚ ਕਰਾਂਗਾ ਮੈਂ ਭਗਤ ਤੁਹਾਡੇ ਪੱਕੇ ਭਾਲਾਂ ਦੋ ਇੰਤਰਾ ਨਾ ਜਨਲ ਪੱਦਰ ਤੇ ਤੇਰੀ ਕੁੜੀਏ ਮੈਂ ਜੇ ਕੁੱਤੇ ਖਾਣੀ ਨਾ ਹੌਰਾ ਕੀ ਤੇ ਫਿਰ ਕਈਆਂ ਨੇ ਹੁਣ ਕਹਣਾ ਲੋਕਾਂ ਨਹੀਂ ਮੈਂ ਤਾਂ ਲੋਕਾਂ ਨਹੀਂ ਧੀਆਂ ਭੈਣਾ ਕਰਕੇ ਭਾਜੀ ਮੈਂ ਵੀਡੀਓ ਨਹੀਂ ਰਿਲੀਜ਼ ਕਰ ਰਿਹਾ ਮੈਂ ਫਿਰ ਵੀ ਇਹਨਾਂ ਨੂੰ ਸਮਝਾ ਰਿਹਾ ਵੀ ਬੰਦੇ ਬਣਜੋ ਨਾ ਡਬਲ ਫੇਸ ਲੈ ਕੇ ਆ ਕਰੋ ਅੱਜ ਦੀ ਵੀਡੀਓ ਚ ਕਹਿੰਦਾ ਪਿਆ ਕਿ ਗਾਇਸ ਅਸੀਂ ਸਟੂਡੈਂਟ ਆਏ ਸੀ ਉਹ ਤੂੰ ਭੈਣ ਓਏ ਬਸ ਉਹ ਉਹ ਫਦੂ ਨਾ ਬਣਾ ਜਨਤਾ ਨੂੰ ਤੇਰੇ ਘਰ ਵਾਲੀ ਸਟੂਡੈਂਟ ਆਹੀ ਤੂੰ ਸਾਲਿਆ ਤੂੰ ਨਾਲ ਉਹਦੇ ਲਾੜਾ ਸਰਵਲ ਆਇਆ ਸੀ ਤੂੰ ਦਾਜ ਚ ਆਇਆ ਤੂੰ ਦਾਜ ਆਇਆ ਹੈ ਤੂੰ ਸਟੂਡੈਂਟ ਨਹੀਂ ਆਇਆ ਹੈ ਤੂੰ ਦਾਜ ਦੇ ਵਿੱਚ ਆਇਆ ਹੈ ਉਹਦੇ ਸੱਚ ਦੱਸ ਲੋਕਾਂ ਨੂੰ ਅਸੀਂ ਸਟੂਡੈਂਟ ਆਏ ਸੀ ਅਸੀਂ ਬੜੀ ਮਿਹਨਤ ਕੀਤੀ ਇਹ ਦੱਸ ਵੀ ਉਹ ਸਟੂਡੈਂਟ ਸੀ ਤੇ ਮੈਂ ਉਹਦੇ ਨਾਲ ਵਿਆਹ ਕਰਾ ਕੇ ਆਇਆ ਮੈਂ ਨਹੀਂ ਸੀ ਮੈਂ ਨਹੀਂ ਸੀ ਸਟੂਡੈਂਟ ਅੱਡੇ ਹਰਾਮ ਦੇ ਵੇਖ ਤੁਹਾਨੂੰ ਮੈਂ ਕਿੰਨੇ ਵਾਰੀ ਕਿਹਾ ਅੱਖਾਂ ਜੱਖਾ ਭਾ ਕੇ ਝੂਠ ਬੋਲ ਜੰਦੇ ਨੇ ਇਹ ਭੈਣ ਦੇ ਯਾਰ ਬੜੇ ਹਰਾਮ ਦੇ ਨੇ ਹਰਾਮ ਦੇ ਟੋਟੇ ਨੇ ਸਾਲੇ ਹਰਾਮ ਦੇ ਟੋਟੇ ਇਹਦੇ ਤੈਨੂੰ ਮੈਂ ਦੱਸਿਆ ਨਾ ਇਹ ਭੈਣ ਚੋ ਦੇ ਇਦਾਂ ਦੇ ਬੰਦੇ ਨੇ ਮਾਰਕੀਟ 'ਚ ਆ ਜਾਣੀਆਂ ਨੇ ਕੱਲ ਉਹਦੇ ਘਰ ਗਏ ਨੇ ਉਹਦੇ ਘਰ ਅਕੋਮਲ ਦੇ ਘਰ ਮੈਨੂੰ ਸਾਰਾ ਪਤਾ ਕੋਮਲ ਕਿਥੇ ਰਹਦੀ ਨੋਬਲ ਪਾਰਕ ਸ਼ਹਿਰ ਚ ਰਹਿੰਦੀ ਉਹ ਜਿਹੜੀ ਜਿਹੜੇ ਸ਼ਹਿਰ ਚ ਰਹਿੰਦੀ ਉਸ ਜਗ੍ਹਾ ਦਾ ਨਾਮ ਨੋਬਲ ਪਾਰਕ ਉੱਥੇ ਰਹਿੰਦੀ ਏ ਇਹਦੇ ਘਰ ਵਾਲਾ ਦਾ ਨਾਮ ਰੋਮੀ ਜਿਹੜਾ ਵੀਡੀਓ ਦੇ ਵਿੱਚ ਵੀ ਆਂਦਾ ਘਰ ਵਾਲਾ ਦੇ ਨਾਲ ਵਿਆਹੀ ਏ ਸ਼ੋਅ ਨਹੀਂ ਕਰਦੇ ਵੀਡੀਓ ਦੇ ਵਿੱਚ ਕਿ ਇਹ ਮੇਰਾ ਘਰ ਵਾਲਾ ਕਿਉਂ ਭੈਣੇ ਦੱਸ ਜੇ ਮੈਂ ਝੂਠ ਬੋਲਦਾ ਕਹਿ ਇਹ ਝੂਠ ਬੋਲਦਾ ਪੰਜਾਬੀ ਇਟਲੀ ਵਾਲਾ ਝੂਠ ਬੋਲਦਾ ਕਹਿ ਤੇਰੇ ਘਰ ਵਾਲਾ ਦਾ ਨਾਮ ਰੋਮੀ ਏ ਅੱਜ ਮੈਂ ਸੱਚੀ ਦੱਸ ਦਿੱਤਾ ਤੁਸੀਂ ਜੋ ਨਹੀਂ ਪਰ ਕਰਦੇ ਵੀਡੀਓ ਚ ਚਲੋ ਉਹ ਤੁਹਾਡੀ ਮਰਜ਼ੀ ਨਹੀਂ ਕਰਨਾ ਨਾ ਕਰੋ ਅਸੀਂ ਕੌਣ ਹੁੰਨੇ ਆ ਤੁਹਾਨੂੰ ਕਹਣ ਵਾਲੇ ਵੀ ਪਰ ਇਹ ਗੱਲ ਸੱਚੀ ਹੀ ਆ ਜਿਹੜੀ ਤੈਨੂੰ ਅੱਜ ਇਹ ਸੱਚ ਭੌਂਗਦੇ ਪਏ ਸੀ ਕੱਲ ਵਾਲੀ ਵੀਡੀਓ ਸੱਚ ਭੌਂਗ ਕੇ ਕਹਿੰਦੇ ਨਹੀਂ ਵੀ ਸਾਨੂੰ ਬੜੇ ਲੋਕੀ ਕਮੈਂਟ ਕਰਦੇ ਪਏ ਸੀ ਕਿ ਤੁਸੀਂ ਕੋਮਲ ਕੋਲ ਨਹੀਂ ਆਂਦੇ ਤੇ ਸਹੀ ਕਹਿੰਦੀ ਵੀ ਉਹ ਇਹ ਕਮੈਂਟਾਂ ਕਰਕੇ ਆਈਏ ਕਿਉਂਕਿ ਲੋਕੀ ਇਹਨਾਂ ਨੂੰ ਕਹਿੰਦੇ ਪਏ ਨੇ ਕਿ ਤੁਹਾਡੀ ਕੋਮਲ ਦੇ ਨਾਲ ਦੇ ਮਲਕੇ ਹੋਤ ਨਹੀਂ ਕਿ ਕੋਈ ਲੜਾਈ ਲੁੜੀ ਤੇ ਨਹੀਂ ਹੋਈ ਤੁਸੀਂ ਜਾਣਦੇ ਕਿਉਂ ਨਹੀਂ ਕਿਤੇ ਇਟਲੀ ਵਾਲੇ ਨੇ ਤੁਹਾਡੀ ਲੜਾਈ ਤੇ ਨਹੀਂ ਕਰਾਈ ਉਹਨੇ ਕਿਹਾ ਸੀ ਵੀ ਉਹਦੇ ਕੱਛਾਂ ਜੋ ਮੁਸ਼ਕ ਆਂਦੀ ਤੇ ਇਹਨੇ ਇਦਾਂ ਨਹੀਂ ਕਿਆ ਕੱਚਾ ਨੂੰ ਮੁਸ਼ਕਾਂਦੀ ਇਹ ਤੇਰੇ ਲਫ਼ਜ਼ ਵੀ ਜਿਹੜੇ ਤੂੰ WhatsApp ਤੇ ਮੈਸੇਜ ਕੱਚਾ ਨਹੀਂ ਸੀ ਲਿਖਿਆ ਤੂੰ ਲਿਖਿਆ ਸੀ ਅੰਡਰ ਆਰਮ ਵਿੱਚ ਮੁਸ਼ਕ ਅੰਦਰ ਆਰਮ ਵਿੱਚ ਮੁਸ਼ਕਾਂਦੀ ਏ ਮਨੂੰ ਤੇ ਅਜੇ ਵੀ ਸਪੈਲਿੰਗ ਵੀ ਯਾਦ ਨੇ ਤੂੰ ਪੜ ਜੋ ਪਤਾ ਨਹੀਂ ਕਿੱਥੇ ਸਾਲੇ ਕਿੱਦਾਂ ਦੇ ਯਾਰ ਬੰਦੇ ਨੇ ਭੈ ਕਿੱਦਾਂ ਦੇ ਬੰਦੇ ਨੇ ਯਾਰ ਘਰ ਵਾਲੀ ਨੇ ਤਾਂ ਕੁਝ ਨਹੀਂ ਕਹਿੰਦੇ ਸਾਲੇ ਪਤਾ ਨਹੀਂ ਘਰ ਵਾਲੇ ਨੇ ਤਾਂ ਕਰੋਨਾ ਕਰੋਨਾ ਚ ਮੈਨੂੰ ਲੱਗਦਾ ਕੀ ਹੋ ਗਏ ਨੇ ਤਾਹਣੀ ਕੋਸ਼ਿਸ਼ ਕਰਦੇ ਰਹੋ ਕਿ ਉਹਨਾਂ ਤੋਂ ਕਹਿਣਾ ਕਿ ਪੁੱਤਰ ਸੱਜਰੀਆਂ ਮੋਤਾਂ ਹੋਈਆਂ ਤੁਹਾਡੇ ਘਰ ਤਿੰਨ ਸਟੂਡੈਂਟ ਅਜੇ ਨਹੀਂ ਬੋਲਦੇ ਲੋਕੀ ਰੋਂਦੇ ਰਹਿੰਦੇ ਸਟੂਡੈਂਟ ਰੋਂਦੇ ਰਹਿੰਦੇ ਨੇ ਆ ਜੁੱਤੀ ਨੇ ਇਹਨਾਂ ਨੂੰ ਇੱਕ ਦਿਨ ਬੁਲਾਇਆ ਸੀ ਸਟੂਡੈਂਟਾਂ ਨੂੰ ਫੇਰ ਉਸ ਤੋਂ ਬਾਅਦ ਮਰ ਗਏ ਨੇ ਫੇਰ ਕੋਈ ਨਹੀਂ ਬੋਲਦਾ ਸਟੂਡੈਂਟਾਂ ਦੇ ਨਾਲੇ 6 ਤਰੀਕੇ ਰੈਲੀ ਆ ਪਟਿਆਲੇ ਮੈਨੂੰ ਟਵਿੱਟਰ ਤੇ ਫੋਲੋ ਕਰ ਲਿਓ ਸਾਰੀ ਡਿਟੇਲ ਮੈਂ ਤੁਹਾਨੂੰ ਦੱਸਦਾਗਾ ਸਾਰੇ ਸਟੂਡੈਂਟ ਜਿਹੜੇ ਇੰਡੀਆ ਇਸ ਟਾਈਮ ਬੈਠੇ ਨੇ ਉਹ ਜਾ ਕੇ ਪਟਿਆਲੇ ਧਰਨਾ ਦਿਵੋ ਪੂਰੀ ਡਿਟੇਲ ਮੈਨੂੰ ਟਵਿੱਟਰ ਤੇ ਆਜੋ ਮੈਂ ਤੁਹਾਨੂੰ ਦੱਸਦਾਗਾ ਸਾਰ ਫੋਲੋ ਕਰੋ ਇਹਨਾਂ ਸਾਲਿਆਂ ਨੇ ਤੁਹਾਨੂੰ ਕੋਈ ਕਿਸੇ ਨੇ ਤੁਹਾਡਾ ਸਾਥ ਸੂਤ ਨਹੀਂ ਦੇਣਾ ਕਿਸੇ ਬੰਦੇ ਨੇ ਤੁਹਾਡਾ ਸਾਥ ਨਹੀਂ ਦੇਣਾ ਆ ਭੈਣ ਦਾ ਯਾਰ ਉੱਥੇ ਸਾਲਾ ਇਹ ਬਿਛਾਰਮ ਇਹ ਹਰਮਨ ਚੀਮਾ ਤੇ ਇੱਕ ਨੰਬਰ ਦਾ ਬਿਛਾਰਮ ਇਹ ਉਹ ਭੈਣ ਦਾ ਯਾਰ ਆਪਣੀ ਘਰ ਵਾਲੀ ਨਾ ਗੋਲ ਗੱਪੇ ਖਾਂਦੇ ਪੈਣ ਜਿੱਦਣ ਇਹਦਾ ਜਨਮ ਦਿਨ ਸੀ ਲੈਂਡਰ ਕੀਤਾ ਪਤਾ ਪਹਿਲਾਂ ਕੌਫੀ ਲੈ ਪੀਣ ਲੈ ਗਿਆ ਉਹ ਕੌਫੀ ਪੀਂਦੀ ਵੀ ਝੱਗ ਵਾਲੀ ਨਾ ਝੱਗ ਵਾਲੀ ਕੌਫੀ ਪੀਂਦੀ ਵੀ ਉਹਦੇ ਮੂੰਹ ਤੇ ਝੱਗ ਲੱਗ ਗਿਆ ਤੇ ਸਹੀ ਸਹੀ ਉਹਨੂੰ ਨਾ ਦਿਖਾਉਂਦਾ ਪੈ ਛੜਿਆਂ ਨੂੰ ਨਾ ਜਿਹੜੇ ਠਰਕੀ ਬੈਠੇ ਨੇ ਉਹਨਾਂ ਨੂੰ ਦਿਖਾਂਦਾ ਪਿਆ ਤੇ ਉਹ ਅਗੂ ਨੇ ਇਦਾਂ ਕਰਦੀ ਵੀ ਜਿੱਦਾ ਉਹ ਅੰਗਰੇਜ਼ੀ ਫਿਲਮਾਂ ਨਹੀਂ ਹੁੰਦੀਆਂ ਬੋਲ ਜਿਹੜੀਆਂ ਮਿਊਟ ਕਰਕੇ ਵਿਖਦੀਆਂ ਉਹਨਾਂ 'ਚ ਪਤਾ ਸੀਨ ਆਉਂਦਾ ਨਾ ਲਾਸਟ ਤੇ ਐਡ ਝੱਗ ਜਦੋਂ ਇਦਾਂ ਕਰੀਦੀ ਉਹ ਸਾਲਾ ਪੂਰਾ ਸੀਨ ਬਣਾਉਂਦਾ ਬਟ ਟੈਕਨਕਲ ਸੀਨ ਪੂਰਾ ਬਣਾਉਂਦਾ ਪਿਆ ਗੋਲ ਗੱਪਾ ਫੜ ਕੇ ਫਿਰ ਪੂਰਾ ਮੂੰਹ 'ਚ ਪਾਦੀ ਉਹਨੂੰ ਸਲੋ ਮੋਸ਼ਨ 'ਚ ਦਿਖਾਂਦਾ ਭੰਦਾ ਯਾਰ ਐਡਾ ਕੁੱਤਾ ਬੰਦਾ ਵੇ ਪਿਛੜਿਆ ਦਾ ਦਿਲ ਪੂਰਾ ਲਾ ਕੇ ਦਿੰਦਾ ਇਹਨੂੰ ਪਤਾ ਮਾਰਕੀਟ ਹੈ ਕਿੰਨੀਆਂ ਵੀਡੀਓ ਨੇ ਕਿੰਨੀਆਂ ਇੰਸਟਾਗ੍ਰam ਤੇ ਵੀਡੀਓ ਘਰ ਵਾਲੀ ਅੱਗੇ ਹੁੰਦੀ ਬੰਦਾ ਪਿੱਛੇ ਹੁੰਦਾ ਉਹ ਪੱਤੇ ਜਨਾਨੀ ਵੇਚ ਸਾਨੂੰ ਕੋਣ ਕਿਸ ਨੂੰ ਵੇਚਣਾਵੇਂ ਭਾਵੇਂ ਜਿੰਨਾ ਮਰਜ਼ੀ ਮੁੰਡਾ ਸੋਹਣਾ ਹੋਵੇ ਕੋਈ ਨਹੀਂ ਵੇਚਦਾ ਅਗਲੀਆਂ ਵੇਚਦੇ ਨੇ ਜਨਾਨੀਆਂ ਇਹ ਭੈਣ ਦਾ ਯਾਰ ਉਹ ਇੱਕ ਉਹ ਸਾਲੀ ਵੀਡੀਓ ਵੇ ਇਹਨਾਂ ਦਿਨਾਂ ਦੀ ਨਾ ਚਾਰ ਪੰਜ ਦਿਨਾਂ ਦੀ ਵੀਡੀਓ ਵੇ ਇੱਕ ਤੇ ਥੱਲੇ ਨਾ ਕਮੈਂਟ ਕੀਤਾ ਕਿਸੇ ਨੇ ਉਹਨੇ ਕਿਹਾ ਆਹ ਕਮੈਂਟ ਪੜੋ ਕੋਈ ਪਤਾ ਨਹੀਂ ਕਿਹੜੀ ਕੋਈ ਜਿਹੜੀ ਵੀ ਤੂੰ ਹੈਵੇਂ ਆ ਆ ਤੇਰੇ ਚਤੜਾਂ ਦੇ ਵੱਜੀ ਵੇ ਆ ਤੇਰੇ ਚਤੜਾਂ ਦੇ ਪ੍ਰੈਸ ਲਾਈ ਵੇ ਜਿਹੜੀ ਜਿੰਨੇ ਵੀ ਕਮੈਂਟ ਕੀਤਾ ਕਹਿੰਦੀ ਵੀ ਇਹ ਮੇਰੀ ਜੇ ਕੁੜੀ 50 ਸਾਲਾਂ ਦੀ ਏ ਤੇ ਪਹਿਲਾਂ ਹੀ ਦਵਾਵਾਂ ਕਰਦੀ ਵੀ ਮੇਰਾ ਜਿਹੜਾ ਮੇਰੀ ਮੇਰੀ ਕੁੜੀ ਦਾ ਜਿਹੜਾ ਘਰ ਵਾਲਾ ਹੋਵੇ ਉਹ ਆ ਹਰਮਨ ਚੀਮੇ ਵਰਗਾ ਹੋਵੇ ਉਹ ਐਨੇ ਤੇ ਕੁੜੀਆਂ ਇਸਤੇਮਾਲ ਕਰ ਕਰਕੇ ਸਟੀਆਂ ਨੇ ਕੱਲ ਵਾਲੀ ਵੀਡੀਓ ਚ ਕਹਿੰਦਾ ਪਿਆ ਮੈਂ 2 ਸਾਲ ਕਾਲਜ ਬਸ ਤੇ ਜਾਂਦਾ ਰਿਆਂ ਉਹ ਭੈਣ ਦੇ ਯਾਰਾ ਫੇਰ ਝੂਠ ਫੇਰ ਝੂਠ ਆ ਤੇਰਾ ਪਿਓ ਕਰ ਲਿਆ ਮੈਂ ਕੋਡਾ ਅੱਜ ਹਰਮਨ ਚੀਮਿਆ ਆ ਤੇ ਠਾ ਆ ਤੇਰੇ ਪਿਓ ਦੇ ਚਤਰਣ ਦੀ ਚਤਰਨੇ ਦੇ ਤੇਰੇ ਮਾਂ ਪਿਓ ਨੇ ਤੈਨੂੰ ਝੂਠ ਬੋਲਣਾ ਸਿਖਾਇਆ ਸਾਲਿਆ ਬਲੈਰੋ ਗੱਡੀ ਤੇਰੇ ਕੋਲ ਹੁੰਦੀ ਸੀ ਭੈਣ ਚੋਦਾ ਤੇ ਬਕਵਾਸ ਤੂੰ ਕਰਦਾ ਵੀ ਮੈਂ ਭੈਣ ਚੋਦੇ ਬੱਸਾਂ ਤੇ ਜਾਂਦਾ ਰਿਆ ਉਹ ਕੁੱਤਿਆ ਕੁੱਤਿਆ ਕੀੜੇ ਪੈ ਕੇ ਮਰੇਗਾ ਤੂੰ ਉਹ ਵੀ ਸਾਲਿਆ ਕੋਕਰੋਚ ਭੈਣ ਚੋਦਾ ਅਡਾ ਯਾਰ ਬਿਸ਼ਰਮ ਨੇ ਅਟੇ ਬਿਸ਼ਰਮ ਐ ਝੂਠ ਤੇ ਝੂਠ ਝੂਠ ਤੇ ਝੂਠ ਝੂਠ ਤੇ ਝੂਠ ਦੇ ਜਾਂਦੇ ਪੈ ਨੇ ਮਾਰੀ ਜਾਂਦੇ ਪੈ ਨੇ ਭੈਣ ਚੋਦਾ ਜੇ ਕੁੱਤਾ ਨਹੀਂ ਛੱਡਿਆ ਹੁੰਦਾ ਪਟਾ ਲਾਗਦੇ ਕੁੱਤਾ ਛੱਡ ਦਿੱਤਾ ਹੁੰਦਾ ਵੀ ਜਾਂ ਅੱਜ ਤੋਂ ਬਾਅਦ ਤੂੰ ਆਜ਼ਾਦ ਜੋ ਮਰਜ਼ੀ ਕਰੋ ਕੁੱਤਾ ਕਦੀ ਕਿਸੇ ਦੇ ਘਰ ਰੋਟੀ ਮੰਗਣ ਜਾਂਦਾ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਉਸ ਕੁੱਤੇ ਵਰਗਾ ਇਹਨਾਂ ਦੋਨਾਂ ਜੀਆਂ ਦਾ ਹਾਲ ਏ ਜੋ ਮੂੰਹ ਜਾਂਦਾ ਝੂੜ ਤੇ ਝੂੜ ਤੂੰ ਨਹੀਂ ਜਾਂਦੇ ਪੈਣ ਤੂੰ ਨਹੀਂ ਜਾਂਦੇ ਪੈਣ ਯਾਰ ਰੱਬ ਬਚਾਵੇ ਇਦਾਂ ਦੇ ਬੰਦਿਆਂ ਨੂੰ ਇਦਾਂ ਦੇ ਜਿਹੜੇ ਇਹਨਾਂ ਦੇ ਪਿੱਛੇ ਲੱਗੇ ਨੇ ਉਸਤਾਦ ਉਹਨਾਂ ਨੂੰ ਬਚਾਵੇ ਫਿਰ ਲੋਕੀ ਵੇਖੋ ਕੱਡੇ ਫੁੱਦੂ ਨੇ ਜਿਹੜੇ ਲੋਕਾਂ ਨੇ ਇਹਨਾਂ ਨੂੰ ਇੱਥੇ ਤੱਕ ਪਹੁੰਚਾਇਆ ਲੋਕੀ ਤਰਸਦੇ ਨੇ ਮੈਂ ਮੈਨੂੰ ਕੋ ਕਮੈਂਟ ਕਰੇ ਨਾ ਮੈਂ ਉਹ ਸਾਰਿਆਂ ਨੂੰ ਦਿਲ ਜੇ ਦੇਦਾ ਨਾ ਹੁਣ ਨਾ ਪਤਾ ਉਹ ਲਾਈਕ ਕਰੋ ਕਮੈਂਟ ਕਿਸੇ ਦਾ ਤੇ ਦਿਲ ਮਿਲਦਾ ਨਹੀਂ ਦਾ ਉਹ ਮੈਂ ਜਿੰਨੂੰ ਮਰਜ਼ੀ ਦੇਦਾ ਨਾ ਮੈਨੂੰ ਕੋਈ ਨਹੀਂ ਯਾਰ ਮੇਰੇ ਬੰਦੇ ਨੇ ਉਹ ਉਹਨਾਂ ਨੇ ਸਾਨੂੰ ਵੇਖਦੇ ਨੇ ਮੇਰੇ ਨਾਲ ਜੇ ਕੋ 15000 ਜੁੜਿਆ ਉਹ ਬੰਦੇ ਨੇ ਉਹਨਾਂ ਮੈਨੂੰ ਨਾ ਵੇਖਣ ਤੇ ਮੇਰਾ ਪਠਾਗੋਲ ਏ ਉਹ ਵੇਖਦੇ ਨੇ ਉਹਨਾਂ ਦੇ ਸਿਰ ਤੇ ਆ ਤੇ ਇਹ ਕੀ ਕਰਦੇ ਨੇ ਉਹਨਾਂ ਦਾ ਕਮੈਂਟ ਵੀ ਨਹੀਂ ਲਾਈਕ ਕਰਦੇ ਤੇ ਕੋਈ ਬਾਂਦਰ ਕਹੇ ਬਾਂਦਰ ਪਤਾ ਨਹੀਂ ਕੁੜੀ ਇੱਕ ਬੰਦਾ ਕਹਿੰਦਾ ਵੇ ਮੇਰੇ ਕੁੜੀ ਹੈ ਨਾ ਵੀ ਕਹਿੰਦੀ ਵੀ ਇਹ ਮੇਰਾ ਸੁਪਨਾ ਹੈ ਕਿ ਮੈਂ ਕਦੀ ਤੁਹਾਡੇ ਕੋਲੋਂ ਹਾਰਟ ਲਵਾ ਉਹ ਭੈਣ ਦੇ ਯਾਰ ਇੱਥੇ ਤੱਕ ਇੱਥੇ ਤੱਕ ਪਹੁੰਚ ਗਿਆ ਇੱਥੇ ਤੱਕ ਕੰਮ ਪਹੁੰਚ ਗਿਆ ਆ ਕੁੱਤੇਆਂ ਦਾ ਭੈਣ ਤੇ ਯਾਰਾਂ ਦਾ ਪਰ ਯਾਰ ਮੈਂ ਮੁਕਦੀ ਗੱਲ ਕਰਾਂ ਜਨਮ ਦਿਨ ਘਰ ਵਾਲੀ ਦਾ ਹਨਾ ਪੀਰ ਰੋਮਾਂਸ ਕਰਨਾ ਘਰ ਵਾਲੀ ਨਾਲ ਬੋਟ ਤੇ ਜਾ ਕੇ ਫੈਰੀ ਤੇ ਜਾ ਕੇ ਰੋਮਾਂਸ ਕਰ ਇਹ ਜਿਹੜਾ ਤੁਹਾਡੀ ਪਰਸਨਲ ਚੀਜ਼ਾਂ ਨੇ ਇਹਨੂੰ ਲੋਕਾਂ ਦੇ ਅੱਗੇ ਦਹਾਉਗ ਫਿਰ ਮੇਰੇ ਮੈਨਰੇ 70 ਹੀ ਤੁਹਾਡੇ ਮਾਰਨੀ ਮੇ ਕੋਤੇ ਗਾਲਾਂ ਹੀ ਸੁਣੋਗੇ ਤੇ ਸਾਡੇ ਸਮਾਜ ਦੇ ਵਿੱਚ ਇਦਾਂ ਦੇ ਕੁੱਤੇ ਬੰਦੇ ਹੋਰ ਨਾ ਪੈਦਾ ਹੋਵੇ ਇਸ ਕਰਕੇ ਮੈਂ ਗਾਲਾਂ ਕੱਢਦਾ ਮੈਨੂੰ ਕਿਸੇ ਦੀ ਧੀ ਭੈਣ ਦੇ ਨੂੰ ਕੋਈ ਸ਼ੋਗ ਨਹੀਂ ਮੇਰੇ ਘਰ ਖੁੱਦ ਮੇਰੀਆਂ ਦੋ ਧੀਵਾਂ ਨੇ ਪਰ ਮੈਂ ਨਹੀਂ ਚਾਹੁੰਦਾ ਕਿ ਕਿਸੇ ਦੇ ਧੀ ਭੈਣ ਇਹਨਾਂ ਵਾਲੇ ਵੇਖ ਕੇ ਵਿਗੜੇ ਇਸ ਕਰਕੇ ਲੰਡਰ ਕੀਰਤ ਤੇ ਹਰਮਣ ਚੀਮਿਆ ਦੋਨੇ ਜਿਹਨੇ ਹੋ ਜੋ ਉੰਡੇ ਦੂਜੜੋ ਧੀ ਭੈਣ ਨੂੰ ਧੀ ਨੂੰ ਸਾਲਿਓ ਓ ਮੰਗ ਤੇ ਆ ਮੰਗ ਤੇ ਆਜੀ ਕਿਹੜੀ ਜੁੱਤੀ ਖਾਏਗਾ ਮੈਨੂੰ ਇਹ ਦੱਸ ਆ ਜੁੱਤੀ ਖਾਏਗਾ ਆ ਨਵੀਂ ਲੈ ਕੇ ਆਈ ਮੇਰੀ ਮੰਮੀ ਨਾ ਉਹ ਵਿਚਾਰੀ ਦਾ ਵਿਚਾਰੀ ਦਾ ਜੁੱਤੀ ਟੁੱਟ ਜਾਣੀ ਹੈ ਆ ਜੁੱਤੀ ਖਾਏਗਾ ਆ ਜੁੱਤੀ ਖਾਏਗਾ ਕਿਹੜੀ ਜੁੱਤੀ ਖਾਏਗਾ ਆਪੇ ਦੱਸ ਦੇ ਮੈਨੂੰ ਅੱਜ ਹੈ ਹਾਂ ਜਨਾਨੀ ਵਾਲੀ ਚਲੋ ਠੀਕ ਜਨਾਨੀ ਵਾਲੀ ਤੇਰੀ ਜੁੱਤੀ ਮਾਰਦਾ ਮੰਮੀ ਜੀ ਸੋਰੀ ਜੁੱਤੀ ਟੁੱਟ ਗਈ ਤੁਹਾਡੀ ਤੇਰੀ ਭੈਣ ਨੂੰ ਸਾਲਿਓ ਉਹ ਨਾ ਸ਼ੁਕਰਾਨਾ ਕਰਨਾ ਪਹਿਲੀ ਗੱਲ ਇਹ ਟੱਬਰ ਸਾਲਾ ਇੱਕ ਨੰਬਰ ਦਾ ਚੂਰ ਇੱਕ ਵੀਡੀਓ ਵੇਖਿਓ ਇਹਦੀ ਮੰਗ ਤੇ ਦੀ ਫਾਦਰਡੇ ਵਾਲੀ ਵੀਡੀਓ ਆ ਕੋਈ ਤਿੰਨ ਚਾਰ ਦਿਨ ਪੁਰਾਣੀ ਗੱਲ ਹੈ ਹਫਤਾ ਪੁਰਾਣੀ ਗੱਲ ਹੈ ਫਾਦਰਡੇ ਦੀ ਸਿਆ ਉਹ ਵਾਲੀ ਵੀਡੀਓ ਵੇਖਿਓ ਉਹਦੇ ਵਿੱਚ ਨਾ ਇਹਦੇ ਤਾਏ ਦਾ ਮੁੰਡਾੜਾ ਉਹ ਪਤਾ ਆੜ ਹੁੰਦੀ ਜਿਹੜਾ ਨਾਲਾ ਹੁੰਦਾ ਜਿਹਨੂੰ ਆੜ ਵੀ ਕਹਿੰਦੇ ਨੇ ਨਾਲਾ ਵੀ ਕਹਿੰਦੇ ਨੇ ਖਾਲਾ ਵੀ ਕਹਿੰਦੇ ਨੇ ਉੱਥੇ ਜਨਾ ਆਪਣੀ ਜੁੱਤੀ ਛੱਡਦਾ ਹੁੰਦਾ ਨਾ ਇਦਾਂ ਕਰਕੇ ਜੁੱਤੀ ਜੁੱਤੀ ਛੱਡਦਾ ਹੁੰਦਾ ਖਾਲੇ 'ਚ ਨਾ ਹੈ ਪਾਣੀ 'ਚ ਉਹ ਰੁੜ ਕੇ ਜਾਂਦੀ ਹੁੰਦੀ ਹੈ ਤੇ ਇਹ ਅੱਗੇ ਖੜਾ ਹੁੰਦਾ ਤੇ ਜੁੱਤੀ ਵੇਖ ਕੇ ਨਾਉਦੀ ਆਪਣੇ ਤਾਇਜਮੰਡ ਜੀ ਹੈ ਕਹਿੰਦਾ ਇਹ ਨਵੀਂ ਜੁੱਤੀ ਹੈ ਉਹ ਕਹਿੰਦਾ ਆਹ ਕਹਿੰਦਾ ਤੂੰ ਗੁਰਦੁਆਰੇ ਕਿਦੋਂ ਗਿਆ ਸੀ ਸਾਲਿਓ ਗੁਰਦਾਰੇ ਤੁਸੀਂ ਗੁਰਦਾਰੇ ਤੁਸੀਂ ਜੁੱਤੀਆਂ 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 ਚੱਕਣ ਜਾਂਦੇ ਹੋ ਪਹਿਨਦੇ ਯਾਰ ਜੁੱਤੀ ਜੁੱਤੀਆਂ ਚੱਕਣ ਜਾਂਦੇ ਹੋ ਐਦਾਂ ਦਾ ਟੱਬਰ ਹੁੰਦਾ ਜਿਹੜਾ ਸਾਰਾ ਟੱਬਰ ਭਾਂਜ ਗੁਰਦਾਰੇ ਜਾਂਦਾ ਸਾਰਾ ਟੱਬਰ ਨਾਲੇ ਲੰਗਰ ਛੱਕੇ ਆਂਦਾ ਤੇ ਨਾਲੇ ਡੋਲੂ ਲੈ ਕੇ ਜਾਂਦੇ ਨੇ ਤੇ ਇਹਦੀ ਮਾਂ ਪਿਓ ਪਤਾ ਕਰਦੇ ਨੇ ਮਾਪੇ ਸੌਰਾਟ ਪਰ ਲੰਗਰ ਛਕਾ ਛੋਕੇ ਨਾ ਨਾਲੇ ਵੱਡਾ ਸਾਰਾ ਪੱਦ ਮਾਰ ਕੇ ਨਾ ਉੱਠਦੇ ਨੇ ਤੇ ਨਾਲੇ ਮੰਗਦੇ ਨੇ ਉਹ ਮੰਗਦੇ ਆ ਆ ਡੋਲੂ ਲੈ ਜਾ ਲੰਗਰ ਪਵਾ ਕੇ ਲਿਆ ਅਸੀਂ ਚੱਲੇ ਦੋਨੇ ਜੀ ਹੈ ਤੂੰ ਪਿਛੇ ਬਹਣਾ ਜਾ ਦੇ ਨਾ ਫਿਰ ਮੰਗਤਾ ਜਾ ਕੇ ਨਾ ਸੇਵਾਦਾਰਾਂ ਕੋਲ ਅੰਕਲ ਜੀ ਆ ਡੋਲੂ ਚ ਦਾਲ ਪਾ ਦਿਓ ਮੇਰੀ ਮੰਮੀ ਨੂੰ ਡੇਟ ਆਈ ਉਹ ਆ ਨਹੀਂ ਸਕਦੀ ਤੇ ਉਹਦੇ ਹਿੱਸੇ ਦੀ ਦਾਲ ਪਾ ਦਿਓ ਉਹ ਵੀ ਅਗੂ ਪੈਣੇ ਸਰਜੋਦਾ ਨੂੰ ਸਾਲੇ ਨੂੰ ਕੋਈ ਪਤਾ ਨਹੀਂ ਇੱਜ਼ਤ ਦਾ ਜਿਹੜਾ ਜਿਹੜੀ ਮਾਂ ਆਪਣੇ ਬੱਚੇ ਨਾਲ ਸਾਰੀ ਦੁਨੀਆ ਦੇ ਸਾਹਮਣੇ ਕਰੋੜਾ ਲੋਕਾਂ ਦੇ ਸਾਹਮਣੇ ਬੱਚੇ ਦੇ ਨਾਂ ਦੀ ਗੱਲ ਕਰ ਸਕਦੀ ਤੇ ਤੁਸੀਂ ਕੀ ਸਮਝਦੇ ਕਿ ਮੰਗਤਾ ਪਿੰਡ ਦੇ ਵਿੱਚ ਛੋਟੇ ਥੋੜੇ ਜਿਹੇ ਲੋਕਾਂ ਦੇ ਅੱਗੇ ਡੇਟ ਦੀ ਗੱਲ ਨਹੀਂ ਕਰ ਸਕਦਾ ਇਹ ਇਹ ਕੰਜਰ ਟੱਬਰ ਏ ਇਹਨਾਂ ਨੂੰ ਕੋਈ ਇੱਜ਼ਤ ਇੱਜ਼ਤ ਦਾ ਨਾ ਨਹੀਂ ਨਿਆ ਸਾਲੇ ਨਾ ਸ਼ੁਕਰਾਨੇ ਨੇ ਭੈਣ ਤੇ ਯਾਰ ਨਾ ਸ਼ੁਕਰਾਨੇ ਉੱਥੇ ਜਾਂਦੇ ਨੇ ਮੁਸਾਫਰ ਦੇ ਘਰ ਪਤਾ ਹੀ ਤੁਸੀਂ ਸਾਰਿਆਂ ਨੇ ਵੀਡੀਓ ਵੇਖੀ ਹੈ ਹੈ ਉਹ ਵਿਚਾਰਿਆਂ ਨੇ ਇੰਨੀ ਸੇਵਾ ਕਰਦੇ ਨੇ ਇੰਨੇ ਨਾਲ ਦੀ ਆਓ ਭਗਤ ਕਰਦੇ ਨੇ ਘਰ ਆ ਕੇ ਵੀਡੀਓ ਬਣਾ ਕੇ ਦੇ ਨੇ ਨਾ ਰੋਟੀ ਖਾਂਦਾ ਮਾਜ ਨਹੀਂ ਐ ਮੇਰੀ ਤੇ ਮੰਮੀ ਇਹਦੇ ਨਾਲ ਵਧੀਆ ਬਣਾਉਂਦੀ ਤੇਰੀ ਮੰਮੀ ਸਾਲਿਆ ਚੰਗੀ 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 ਸੁਖ ਚੰਗੀ ਸੁਖਦੇਵ ਦੇ ਢਾਬੇ ਤੇ ਲੱਗੀ ਤੇਰੀ 부ੜੀ ਸਾਲਿਆ ਭੈਣ ਚੋ ਅੱਡਾ ਕੁੱਤਾ ਟੱਬਰ ਫੇਰ ਫੇਰ ਉਹਦੇ ਘਰ ਜਾਂਦੇ ਨੇ ਵਿਚਾਰੇ ਦੇ ਨਾ ਉਹ ਕਿਹੜਾ ਮੁੰਡਾ ਵੇ ਜਿਹੜਾ ਰੋਸਟ ਕਰਦਾ ਵੇ ਉਹਦੇ ਘਰ ਜਾਂਦੇ ਨੇ ਆ ਗਲਾਸ ਛੋਟਾ ਐ ਇਹ ਨਿੰਬੂ ਪਾਣੀ ਨੇ ਉਹਦਾ ਘਰ ਜਿਹੜਾ ਵੇੜਾ ਬੜਾ ਛੋਟਾ ਸੀ ਤੂੰ ਸਾਰਿਆ ਪਾਰਕ ਚ ਘੁੰਮਣ ਗਿਆ ਸੀ ਕਿ ਭੈਣ ਦੇ ਯਾਰ ਕਿਹ ਯਾਰ ਦੋ ਤੈਨੂੰ ਮਿਲਣ ਗਿਆ ਸੀ ਭੈਣ ਚੁੱਧ ਫਿਰ ਲੈ ਜਾ ਬੁੱਢੀ ਨੂੰ ਤੇ ਜੇਪੀ ਰੋਡ ਦਿੱਲੀ ਉਹ ਵਾ ਵਾ 3 ਕਿਲੋਮੀਟਰ ਦਾ ਰੋਡ ਏ ਉਥੇ ਕਰਿਆ ਮਾ ਪਿਓ ਸੈਰ ਤੈਨੂੰ ਭੈਣ ਚੁੱਧ ਘਰ ਛੋਟਾ ਨਿੰਬੂ ਪਾਣੀ ਵਾਲਾ ਗਲਾਸ ਛੋਟਾ ਤੂੰ ਭੈਣ ਚੁੱਧ ਦਾ ਲੋਕਾਂ ਦੇ ਨੁਕਸ ਹੀ ਕੱਢਦਾ ਰਹਿਣਾ ਤੇਰੀ ਭੈਣ ਨੂੰ ਪਤਾ ਨਹੀਂ ਸਾਲੇ ਨੂੰ ਮੁਸ਼ਕਲ ਚ ਤੈਨੂੰ ਨੁਕਸ ਨਹੀਂ ਆਂਦਾ ਜਿਹੜੀ ਭੈ ਜੋ ਰੱਜ ਕੇ ਝੂਠ ਬੋਲਦੀ ਕਹਿੰਦੀ ਮੈਂ ਮੈਂ ਦਿਮਾਲਾ ਬੰਦੀ ਹੀ ਮੇਰੀ ਤਾਂ ਇੱਕ ਕੱਕ ਛੋਟੀ ਲੈ ਦਰ ਫਿਟੇ ਮੂੰਹ ਐਸੋ ਐਹੀ ਜਾਰ ਇਸ ਬੰਦੇ ਨੂੰ ਨਾ ਇਸ ਆ ਆ ਇਹਦੇ ਨਾਲ ਮਾਰ ਨਾ ਪਹਿਲਾਂ ਇਹਦੀ ਕਬਰ ਖੋਦਾ ਸਾਰੇ ਟੱਬਰ ਦੀ ਰੱਸੀ ਨਾਲ ਬੰਨ ਕੇ ਨਾ ਅਜ ਕਬਰ ਚ ਸਾਰਾ ਟੱਬਰ ਐਨਾ ਸਾਲੇ ਤੁਹਾਨੂੰ ਜੇ ਲੋਕਾਂ ਦੇ ਹੱਥਾਂ ਦੇ ਖਾਣਾ ਸਵਾਦ ਨਹੀਂ ਆ ਲੱਗਦਾ ਜੇ ਕਿਤੇ ਮਿਲਣਾ ਨਹੀਂ ਜਾਣਾ ਹੁੰਦਾ ਭੈਣ ਜਦੋਂ ਬੁੜੀ ਨੂੰ ਪਹਿਲਾਂ ਤੋੜ ਦਿਆ ਕਰੋ ਮੰਮੀ ਨੂੰ ਕਿਹਾ ਮੰਮੀ ਤੂੰ ਪਹਿਲਾਂ ਜਾ ਉਸੇ ਰੋਟੀ ਪਾਣੀ ਬਣਾ ਤੇ ਅਸੀਂ ਆਏ ਫਿਰ ਸਾਰੇ ਜਿਨੇ ਭੈਣ ਦੇ ਯਾਰੋ ਕੁੱਤੇਓ ਸਾਲਿਓ ਫੇਰ ਵੇਖੋ ਆਪਣੇ ਸੋਹਰਿਆਂ ਦੇ ਗਿਆ ਨਾ ਸੋਹਰਿਆਂ ਤੇ ਡੀਸੀ ਵਾਂਗੂ ਹੁਕਮ ਚਲਾਈਦਾ ਤੇ ਹੈ ਤੇਰੀ ਭੈਣ ਅੱਛਾ ਇਹ ਜੁੱਤੀ ਕਰਕੇ ਇਸ ਜੁੱਤੀ ਕਰਕੇ ਕਹਿੰਦਾ ਨਹੀਂ ਪਿਆ ਪੀ ਸੋਹਰਿਆਂ ਦੇ ਹੁਕਮ ਚਲਾਈਦਾ ਤੇ ਫੇਰ ਕਹਿੰਦਾ ਨਹੀਂ 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 ਮਜ਼ਾਕ ਕਰਦੇ ਪਏ ਇਦਾਂ ਦਾ ਕੋਈ ਗੱਲ ਨਹੀਂ ਤੇ ਜਿਹੜੀ ਅੱਜ ਤੂੰ ਸਾਲ ਪਹਿਲਾ ਵੀਡੀਓ ਬਣਾਈ ਸੀ ਉਹਦੇ ਚ ਵੀ ਤੂੰ ਗਾਣਾ ਗੰਦਾ ਸੀ ਸੋਹਰਿਆਂ ਦੇ ਹੁਕਮ ਚਲਾਈਦਾ ਡੀਸੀ ਵਾਂਗੂ ਰੋਪ ਚ ਉਹਦੇ ਚ ਨਹੀਂ ਤੂੰ ਕਿਹਾ ਵੀ ਅਸੀਂ ਮਜ਼ਾਕ ਕਰਦੇ ਹਾਂ ਹੁਣ ਕੀ ਹੈ ਸਾਲ ਬਾਅਦ ਕੀ ਹੋਇਆ ਹੈ ਦੰਦ ਨਿਕਲ ਆਏ ਨੇ ਸਾਲਿਆ ਤੇਰੇ ਹੁਣ ਪਤਾ ਨਾ ਜੁੱਤੀ ਜੁੱਤੀ ਵਰਾਦਾ ਨੇ ਇਟਲੀ ਵਾਲੇ ਨੇ ਭੈਣ ਦਾ ਯਾਰ ਜਾ ਕੇ ਉਹ ਸੁਵੀਮਿੰਗ ਪੂਲ ਚ ਨੰਦਾ ਪਿਆ ਉਹ ਕੁੱਤੇ ਵਾਲਾ ਸੁਵੀਮਿੰਗ ਪੂਲ ਸੀ ਉੱਚ ਕੁੱਤੇ ਨਿਵਾਉਂਦੇ ਨੇ ਅ ਸੱਚੀ ਗੱਲ ਹੈ ਕੀ ਕਹਿੰਦਾ ਗਾਲੇ ਨਾਲੇ ਦੋਨੇ ਭਰਾ ਐਡੇ ਬਸ਼ਰਮ ਨੇ ਮਾਂ ਨੇ ਇਹਨਾਂ ਨੂੰ ਐਡੇ ਸੰਸਕਾਰ ਨਹੀਂ ਦਿੱਤੇ ਪੁੱਤਰ ਚਲੋ ਪਿੰਡ ਦਾ ਕੁਝ ਨਹੀਂ ਹੁੰਦਾ ਹੈ ਆਪਣਾ ਘਰ ਜਾਂ ਪਿੰਡੇ ਮੋਟਰ ਇੱਥੇ ਕੋਈ ਨਹੀਂ ਹੁੰਦਾ ਸੋਹਰਿਆਂ ਦੇ ਜਾ ਕੇ ਦੋਨੇ ਭਰਾਵਾਂ ਨੂੰ ਕੋਈ ਜਿੱਦਾਂ ਨਹੀਂ ਉਥੇ ਕੱਪੜੇ ਲਾ ਕੇ ਇੱਕ ਤਵਾਈਫ ਵਾਂਗੂ ਕੰਜਰ ਔਰਤ ਵਾਂਗੂ ਉਥੇ ਕੱਪੜੇ ਝਟ ਲਾ ਦਿੰਦੇ ਨੇ ਕਿਸੇ ਤਵਾਇਫ ਹੋ ਔਰਤਾਂ ਨੂੰ ਤੁਸੀਂ 100 200 ਰੁਪਏ ਦਿਖਾਉਣਾ ਉਹ ਝਟ ਕਪੜੇ ਲਾਂਦੀ ਨਾ ਉਹ ਹਾਲ ਇਸ ਦੋਨਾਂ ਭਾਵਾਂ ਦਾ ਵੇ ਬਸ ਇਹਨਾਂ ਨੂੰ ਭੈਣ ਚ ਲੋਕੀ ਕਹੇ ਸੀ ਭਾਜੀ ਆ ਜਾਓ ਨਹਾ ਲੋ ਕੁੱਤੇ ਵਾਲਾ ਸਵੀਮਿੰਗ ਪੂਲ ਹੋਵੇ ਉਹਦੇ ਚ ਨਹਾ ਲਾਂਦੇ ਕੁੱਤੇ ਵਾਲੇ ਸਵੀਮਿੰਗ ਪੂਲ ਚ ਨਹਾਤੇ ਨੇ ਉੱਥੇ ਭੈਣ ਚ ਇੰਨੀ ਉੱਲੀ ਲੱਗੀ ਸੀ ਉਹ ਜੇ ਬੰਦੇ ਆ ਹੁੰਦਾ ਨਾ ਆਹ ਵੀਡੀਓ ਤੁਸੀਂ ਜਿਹੜੀ ਕੁੱਤੇ ਵਾਲੀ ਵੀਡੀਓ ਉਹਦੇ ਚ ਇੰਨੇ ਮਿੰਟ ਤੇ ਵੇਖਿਓ 9 ਮਿੰਟ ਤੇ 10 ਸਕਿੰਟ ਤੇ ਹਾਂ ਚਲੋ ਇੱਥੇ ਮੈਂ ਕੀ ਲਿਖਣਾ 9 ਮੈਨੂੰ ਜ਼ਿਆਦਾ ਹੀ ਆ ਗਿਆ 9 ਮਿੰਟ ਤੇ 10 ਸਕਿੰਟ ਤੇ ਵੇਖਿਓ ਉਹ ਤਲਾਬ ਦੇ ਵਿੱਚ ਇੰਨੀ ਕੁ ਉੱਲੀ ਲੱਗੀ ਹੈ ਨਾ ਰੇਅਰ ਰੱਬ ਦਾ ਨਾ ਕਿਉਂਕਿ ਕੁੱਤੇ ਆਲਾ ਸੀ ਕੁੱਤੇ ਨਵਾਉਂਦੇ ਜੇ ਬੰਦੇ ਨਵਾਉਂਦੇ ਹੁਣ ਸਵੀਮਿੰਗ ਪੂਲ ਚ ਉੱਲੀ ਹੁੰਦੀ ਨਹੀਂ ਹੁੰਦੀ ਸਾਫ ਉੱਲੀ ਦੇਦੀ ਪਈ ਹੈ ਭੈਣ ਚੋਦ ਜਿੱਥੇ ਜਾਂਦੇ ਨੇ ਸਾਲੇ ਕੱਪੜੇ ਲਾ ਕੇ ਭੈਣ ਚੋਦ ਸੱਨੀ ਲਿਓਨੇ ਵਾਂਗੂ ਮੀਆ ਖਲੀਫਾ ਵਾਂਗੂ ਹੋ ਜਾਂਦੇ ਨੇ ਆ ਜੋ ਕਰ ਲਓ ਜੋ ਕੁਝ ਕਰਨਾ ਹੈ ਮਾਂ ਤੁਹਾਡੀ ਨੇ ਅਕਲ ਭੈਣ ਚੋਦ ਕੁੱਤੇ ਸਾਲੇ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜਾ ਗੁਰਸਿੱਖ ਬੰਦਾ ਹੋ ਕੇ ਕਸ਼ਹਿਰਾ ਉਹਨੇ ਪਾਇਆ ਹੋਵੇ ਸ੍ਰੀ ਸਾਹਿਬ ਸਿਰ ਤੇ ਬੰਨਿਆ ਹੋਵੇ ਤੇ ਉਹ ਕੁੱਤੇ ਵਾਲੇ সুইমিং ਪੂਲ ਦੇ ਵਿੱਚ ਨਹਾਵੇ ਕੀ ਗੱਲ ਅਮਰਤ ਅਮਰਤ ਭੰਗ ਨਹੀਂ ਹੁੰਦਾ ਬੇਦ ਬੇਦ ਵੀ ਨਹੀਂ ਹੁੰਦੀ ਹੈ ਭੈਣ ਤੇ ਯਾਰ ਕੁੱਤੇ ਨਾਲੇ ਜਿਹੜੀ ਕੁੱਤੇ ਵਾਲੀ ਵੀਡੀਓ ਉਹਦੇ ਵਿੱਚ ਇੰਨੇ ਮਿੰਟ ਤੇ ਵੇਖਿਓ ਕੁੱਤਾ ਇੱਕ ਬਾਥਰੂਮ ਮੂਤਰ ਕਰਦਾ ਪਿਆ সুইমিং ਪੂਲ ਦੇ ਕੋਲ ਕੀ ਗੱਲ ਉਹਦੇ ਛਿੱਟੇ ਉੱਥੇ ਨਾ ਗੇਉਣਗੇ ਪਹਿਲੀ ਗੱਲ ਛਿੱਟੇ ਛੋਟੇ ਯਾਰ ਖੁਦ ਕੁੱਤੇ ਉੱਥੇ ਨਹਾਉਂਦੇ ਨੇ ਉਹ ਭਾਜ ਪਿਸ਼ਾਬ ਵਿੱਚ ਕਰਦੇ ਨੇ ਤੇ ਉਸੇ ਪਾਣੀ ਦੇ ਵਿੱਚ ਇਹ ਸ੍ਰੀ ਸਾਹਿਬ ਸਿਰ ਤੇ ਬਣ ਕੇ ਇਹ ਇਹ ਢੋਂਗੀ ਬਾਬਾ ਭੈਣ ਦਾ ਯਾਰ ਉੱਥੇ ਨੰਦਾ ਪਿਆ ਸਾਲਾ ਕਿੰਨੀ ਬੇਅਦਬੀ ਕਰਦਾ ਉਹ ਕੋਈ ਜ਼ਥੇਦਾਰ ਕੋਈ ਕਮੇਟੀ ਮੇਰੀ ਗੱਲ ਸੁਣਦੀ ਹੋਵੇ ਤੇ ਜਿੱਦਾਂ ਮੁੱਖ ਮੰਤਰੀ ਨਾਲ ਤੁਸੀਂ ਗਰੀਬ ਬੰਦੇ ਨਾਲ ਕੀਤੀ ਸੀ ਇਹਦਾ ਵੀ ਕੋਈ ਹੱਲ ਕੱਢੋ ਬਾਕੀ ਮੈਂ ਤੇ ਜਥੇ ਨੂੰ ਸੱਚ ਮੇਲ ਲਿਖੀ ਸੀ ਉਹਨਾਂ ਨੇ ਵੀ ਕੋਈ ਜਵਾਬ ਨਹੀਂ ਦਿੱਤਾ ਉਹ ਤੇ ਪਤਾ ਨਹੀਂ ਸੁੱਤੇ ਨੇ ਉਹ ਉਹ ਕਿਤੇ ਡੋਡੇ ਟੂਡੇ ਖਾ ਗਏ ਨੇ ਤੇ ਜਥੇਦਾਰ ਵਾਲੀ ਸੁੱਤੇ ਨੇ ਲੱਗਦਾ ਮੈਨੂੰ ਇਹਨਾਂ ਦੇ ਜਥੇ ਚ ਵੀ ਦੰਦ ਕੰਮਕੁਮ ਚੱਲਦੇ ਨੇ ਫੀਮ ਫੂਮ ਡੋਡੇ ਟੂਡੇ ਖਾਂਦੇ ਖੁੰਦੇ ਰਹਿੰਦੇ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਮੈਂ ਮੇਲ ਲਿਖੀ ਵੀ ਤੁਹਾਡਾ ਤੁਹਾਡੇ ਜਥੇ ਦਾ ਬੰਦਾ ਜਿਹੜਾ ਵੀ ਉਹ ਜਿਹੜੇ ਬੇਅਦਬੀ ਕਰਦਾ ਪਏ ਤੁਹਾਡੇ ਸਾਰੇ ਅਸੂਲਾਂ ਦੀ ਤੇ ਤੁਸੀਂ ਸੁੱਤੇ ਪਤਾ ਨਹੀਂ ਕਿਹੜੀ ਮਾਨੇ ਫੀਮ ਖਾ ਕੇ ਜੰਮੇ ਇਹਨਾਂ ਦੇ ਜਥੇ ਉਹ ਇਦਾਂ ਛੱਡੋ ਯਾਰ ਕੀ ਇਸ ਟੌਪਿਕ ਤੇ ਗੱਲ ਕਰਨੀ ਓਹੋ ਦੀਪਿਕਾ ਜੀ ਆਈ ਆਈਏ ਲੀਜੀਏ ਆਪਕਾ ਸਭ ਸਮਾਨ ਤਿਆਰ ਇਹ ਨਹੀਂ ਉਹ निर्मा सुपर नीली डिटर्जेंट टिकिया लेकिन आप तो वो हमेशा महंगी वाली टिकिया लेती थी जब वही महंगे दामो वाली क्वालिटी वही सफेदी वही झाक कम दामो में मिले तो कोई ये क्यों ले वो न ले मान गए किसे आपकी पार की नजर और निर्मा सुपर दोनों को अब निर्मा सुपर फुलाई का सुपर दाम, दाम बाद एक बार फिर तो डे स्वागत हूँ आने जी मेन मुद्दे थे ਕੈਨੇਡਾ ਚ ਰਹਦੀ ਇੱਕ ਪੰਜਾਬਣ ਪੰਜਾਬਣ ਕੁੜੀ ਬੜੀ ਫੇਮਸ ਟਿਕਟੋਕਰ ਸਟਾਰ ਏ ਬੜੇ ਮਿਲੀਅਨ ਦੇ ਫੋਲੋਅਰ ਏ ਉਹਦੇ ਚਿੱਟੜਾਂ ਦੀ ਮੈਂ ਮਾੜੀ ਜੀ ਨਾ ਪੂਜਾ ਕਰਦਾ ਹੈ ਉਹ ਅੱਜ ਉਹ ਮੈਂ ਚਿੱਟੜ ਸੇਖਣੇ ਨੇ ਅੱਛਾ ਟਿਕਟੋਕਰ ਵੀਡੀਓ ਚ ਨਾ ਉਹਦਾ ਚਿਹਰਾ ਐਡਾ ਸਾਫ਼ ਲੱਤਾਂ ਲੁੱਤਾਂ ਦੀਆਂ ਢੀਆਂ ਸਾਫ਼ ਲੱਗਦੀਆਂ ਨੇ ਵੀ ਗੋਰਿਆਂ ਵਰਗੀ ਏ ਉਹ ਮਿੱਟੀ ਐਡੀ ਕਾਲੀ ਆ ਅੱਡੀ ਕਾਲੀ ਤੇਰੀ ਟਿੱਗੀ ਐਡੇ ਗੰਦੇ ਚਿਤੜ ਓਹੋ ਓਹੋ ਬੜੇ ਗੰਦੇ ਆ ਤੇਰੇ ਚਿਤੜਾਂ ਦੀ ਕਰ ਛੜੀ ਪੂਜਾ ਕਰਨ ਕਰਦੇ ਤੇਰੇ ਚਿਤੜਾਂ ਦੀ ਚਿਤੜਾਂ ਦੀ ਸੇਵਾ ਹੈ ਉਮੀਤੀਏ ਅੱਡੀ ਕਾਲੀ ਮੀਤੀਏ ਸਿਰ ਤੇ ਘੱਟਾ ਪਵਾ ਛੜਿਆ ਮੀਤੀਏ ਉਹ ਫਿਲਟਰ ਇੱਥੇ ਲਾਨੀ ਐ ਇੱਥੇ ਪਟਾਂ ਦੇ ਲਾਨੀ ਐ ਚਿਤੜਾਂ ਦੇ ਮੀਤੀਏ ਫਿਲਟਰ ਲਾ ਲੈਣਾ ਹੀ ਅੱਡੀ ਕਾਲ ਮੈਂ ਨਾ ਮੈਂ ਛੋਟਾ ਹਾਂ ਨਾ ਬਾੜੇ ਖੇਡਦਾ ਹਾਂ ਗਲੀ 'ਚ ਤੇ ਜਦੋਂ ਭਾਂਡੇ ਉਹ ਭਾਂਡਾ ਚੱਲ ਜਾਂਦਾ ਹੁੰਦਾ ਹੈ ਨਾ ਨਾਲੀ 'ਚ ਤੇ ਨਾਲੀ 'ਚ ਪਤਾ ਹੱਥ ਪਾ ਕੇ ਭਾਂਡਾ ਬਾਹਰ ਕੱਢੀਦਾ ਤੇ ਨਾਲ ਗਾਰਾ ਵੀ ਆਂਦਾ ਉਹ ਗਾਰਾ ਮੈਨੂੰ ਅੱਜ ਲੱਗਦਾ ਉਹ ਗਾਰਾ ਸਫੇਦ ਸੀ ਪਰ ਮਿੱਤੀਏ ਤੇਰੇ ਚਿੱਤੜ ਤੇਰੇ ਚਿੱਤੜ ਕਾਲੇ ਮਿੱਤੀਏ ਉਹ ਮਿੱਤੀਏ ਕਿੱਥੇ ਮੂੰਹ ਦਿਖਾਵਾਂਗੇ ਮੰਗਤਾ ਕੀ ਕਹਿੰਦਾ ਮੰਗਤਾ ਕੀ ਕਹਿੰਦਾ ਸੀ ਜੱਟ ਬੇਇੱਜ਼ਤੀ ਕਰਦੇ ਪੈਸੇ ਲੈਂਦਾ 30 ਰੁਪਏ ਦੇ ਮਿੱਟੀ ਵਿਕਦੀ ਵੀ 30 ਡਾਲਰ 30 ڈالر ਆ ਜੁੱਤੀ ਜੁੱਤੀ ਮੇਰੀ ਮਾਰਦਾ ਦੀ ਟੁੱਟ ਗਈ ਮੀਤੀਏ 30 ڈالر ਮੈਨੂੰ ਭੇਜ ਦੇ ਮੀਤੀਏ ਮੈਨੂੰ ਗਾਲ੍ਹਾਂ ਪੈਣੀਆਂ ਨੇ ਹੁਣ ਉਹ ਮੀਤੀਏ 30 ڈالر ਤੇ ਵੇਖ ਗਈਆਂ ਉਹ ਇੰਡੀਆ ਚ ਤਵਾਇਫਾ ਪਤਾ ਨਹੀਂ ਕਿੰਨੇ ਪੈਸੇ ਲੈਂਦੀ ਆ ਪਰ ਹਜ਼ਾਰਾਂ ਹਜ਼ੂਰਾਂ ਜੀ ਲੈਂਦੀਆਂ ਨੇ ਹਨਾ 25000 ਤੇ ਲੈਂਦੀ ਹੋਵੇਗੀ ਤੇ ਮੀਤੀ 30 ڈالر ਇੰਡੀਆ ਦਾ ਕੋ 15 16 ਰੁਪਏ ਬਣਦਾ ਉਹ ਮੀਤੀਏ ਜੇ ਕੰਮ ਕਰਨਾ ਇਤੋ ਸਟੈਂਡਰਡ ਦਾ ਕਰ ਲੈਦੀ ਉਹ ਮੀਤੀਏ ਜੇ ਅਜੇ ਵੀ ਕਿਸੇ ਨੂੰ ਨਹੀਂ ਪਤਾ ਲੱਗਦਾ ਮੈਂ ਕਿਹੜੀ ਮੀਤੀ ਐ ਤੁਸੀਂ YouTube ਤੇ ਜਾਓ ਮੀਤੀ ਲਿਖੋ ਮੀਤੀ M W E T I ਹੈ M W E T I ਤੇ Common Baby Ada ni show Toronto tu Common Baby ਦਾ ਉਹਦਾ ਨਾਮ ਲਿਖਿਓ Common Baby ਉਹ ਬੁੱਡੇ ਦਾ ਉਹ ਠਰਕੀ ਠਰਕੀ ਬੁੱਡੇ ਦਾ ਉਹ ਉਹਦੇ ਪਹਿਲੀ ਗੱਲ ਉਹਦੇ ਵਾਲ ਸਾੜੇ ਦੇ ਨਕਲੀ ਨੇ ਹੈ ਸਾਸਰੀ ਘਰ ਉਹਨੂੰ ਬਲਾਉ ਕਹਿੰਦਾ ਟਾਈਮ ਵੇਸਟਿੰਗ ਐ ਇਦਾਂ ਦੇ ਹਰਾਮ ਦੇ ਠਰਕੀ ਬੁੱਢਾ ਮੀਤੀ ਉਹਦੇ ਸ਼ੋਅ ਤੇ ਗਈ ਸੀ 2-3 ਮਹੀਨੇ ਪਹਿਲਾਂ ਤੇ ਮੀਤੀ ਦਾ ਇਹ ਬਿਜ਼ਨਸ ਘੱਟੋ ਘਾਟ 2-3 ਸਾਲ ਪੁਰਾਣਾ ਵੇ ਕੀ ਗੱਲ ਇਹਨੂੰ ਇਹਨੂੰ ਮੈਨੂੰ ਤੇ ਹੁਣ ਪਤਾ ਲੱਗਾ ਇੰਗਲੈਂਡ ਦੇ ਬੱਚੇ ਬੱਚੇ ਉਹ ਤੇ ਕੈਨੇਡਾ ਦੇ ਬੱਚੇ ਬੱਚੇ ਨੂੰ ਪਤਾ ਹੈ ਕਿ ਮੀਤੀ 30 ਡਾਲਰਾਂ ਤੇ ਚਲਦੀ ਹੈ 30 ਡਾਲਰ 30 ਡਾਲਰ ਕੀਮਤ ਹੈ ਮੀਤੀ ਦੀ ਇੱਕ ਰਾਤ ਦੀ ਤੇ ਕਮਨ ਬੇਬੀ ਨੂੰ ਕੀ ਗੱਲ ਪਤਾ ਨਹੀਂ ਹੈਗਾ ਕਹਿੰਦਾ ਮੈਂ 40 ਸਾਲ ਦਾ ਮੇਰਾ 40 ਸਾਲ ਦਾ ਤਜਰਬਾ ਤੇ ਰੋਟੀ ਨੂੰ ਤੂੰ ਸਾਲਿਆ ਝੋਜੀ ਕਹਿੰਦਾ ਤੈਨੂੰ ਨਹੀਂ ਪਤਾ ਮੀਤੀ ਕੌਣ ਹੈ ਜਿਹਨੂੰ ਸ਼ੋਅ 'ਚ ਬੁਲਾ ਕੇ ਤੇ ਤੂੰ ਫਿਰ ਛੋ ਦੇ ਚਲਦੇ ਸ਼ੋਹ ਚ ਤਿੰਨ ਵਾਰੀ ਮਿੱਤੀ ਨੂੰ ਜੱਫੀ ਪੰਦਾ ਠਰਕੀ ਬੁੱਢਾ ਠਰਕੀ ਬੁੱਢਾ ਚਲਦੇ ਸ਼ੋਹ ਚ ਤਿੰਨੇ ਵਾਰੀ ਜੱਫੀ ਪੰਦਾ ਪਏ ਇਹਦਾ ਮਤਲਬ ਇਹਨੂੰ ਸਾਲੇ ਨੂੰ ਪਤਾ ਸੀ ਉਹਦਾ ਇਹ ਤਾਂ ਹੀ ਸਾਲੇ ਉਦਾਂ ਲੈ ਕੇ ਆਏ ਹੋਣੇ ਜਿਹੜਾ ਉਹਦਾ ਨਾਲ ਨਹੀਂ ਹੁੰਦਾ ਉਹ ਬਿੱਜੂ ਜਿਆ ਜਿਹਨੂੰ ਕਹਿੰਦਾ ਸਿੱਧੂ ਸਾਹਿਬ ਸਿੱਧੂ ਸਾਹਿਬ ਸਿੱਧੂ ਸਾਹਿਬ ਆ ਚੈੱਕ ਕਰਿਓ ਹੈ ਆਹ ਕਾਲ ਚੈੱਕ ਕਰਿਓ ਇਹ ਸਾਲੇ ਰਾਲੇ ਮਿਲ ਕੇ ਕੋ ਪਾਏ ਉਹਨੇ ਨੇ ਤੀ ਉਹਨੇ ਪਾਇਓ ਨੇ ਤੀਨੇ ਪਾਇਓ ਨੇ ਮਿੱਤੀ ਬਲਾਈ ਹੋਰੀ ਉਧਰ ਸਟੂਡੀਓ ਦੇ ਵਿੱਚ ਤੇ ਸਟੂਡੀਓ ਚ ਕੰਮ ਚੱਲਿਆ ਹੋਣਾ ਕਪਾ 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 ਕਾਪ ਆ ਕਾਤੇ ਨਸ ਵਾਲਿਆਂ ਦੀ ਹੁਣ ਹੁਣ ਆ ਜਿਹੜਾ ਕਮੌਣ ਬੇਬੀ ਹੁਣ ਮੰਗਾ ਮਿੱਟੀ ਨੂੰ ਹੁਣ ਕਹਿ ਵੀ ਤੂੰ ਸਾਰੀ ਕੌਮ ਦਾ ਤੂੰ ਸਾਰੇ ਪੰਜਾਬੀਅਤ ਦਾ ਚਲੋ ਕੌਮ ਦੀ ਤੇ ਨਹੀਂ ਗੱਲ ਪਰ ਸਾਰੇ ਪੰਜਾਬੀਆਂ ਦਾ ਤੂੰ ਨਾਂ ਜਿਹੜਾ ਵੇ ਮਿੱਟੀ ਜੇ ਮਲਾਨੀ ਪਈ ਐ 30 30 ਡਾਲਰ ਤੇ ਚਲਦੀ ਵੀ ਕੋਈ ਭੈੜ 5 6000 ਡਾਲਰ ਲਾ ਵੀ ਤੂੰ ਕੀ 30 ਡਾਲਰ ਦਾ ਉਹਦਾ ਰੇਟ ਵਧਾਓ ਕਮੌਣ ਬੇਬੀ ਸਾਹਿਬ ਰੇਟ ਵਧਾਓ ਬੇਇੱਜ਼ਤੀ ਹੁੰਦੀ ਐ ਕੀ ਕਹਿਣਗੇ ਵੀ ਪੰਜਾਬੀ 30 ਡਾਲਰ ਤੇ ਵਿਕਣ ਲੱਗ ਪਏ ਨੇ ਹੁਣ ਉਹ ਕੋਈ ਸ਼ਰਮ ਕਰ ਮੀਤੀ ਐ ਮਜ਼ਾਕ ਦੀ ਗੱਲ ਤੇ ਬਾਅਦ ਚ ਪੜਾ ਰਹੀ ਕੋਈ ਸ਼ਰਮ ਕਰ ਤੇ ਇਹਨੂੰ ਲੱਖਾਂ ਲੋਕ ਵੇਖਦੇ ਨੇ ਲੱਖਾਂ ਕੁੜੀਆਂ ਅੱਜ ਦਾ ਲੰਡਰ ਕਿੱਦੇ ਨੇ ਕਹੇ ਥੱਲੇ ਪੀ ਸਾਨੂੰ ਤੁਹਾਡੇ ਵਰਗੀ ਕੁੜੀ ਮਿਲੇ ਮੇਰੀ ਕੁੜੀ ਤੇਰੇ ਵਰਗੀ ਹੋਵੇ ਮੇਰਾ ਜਵਾਈ ਇਹਦੇ ਵਰਗਾ ਹੋਵੇ ਹਰਮਨ ਚੀਮੀ ਵਰਗਾ ਲੰਡਰ ਕੀਤ ਵਰਗੀ ਇਦਾਂ ਦੀ ਹੋਵੇ ਮੇਰੀ ਵਾਈਫ ਆ ਪਿੱਠ ਤੋਂ ਦੀ ਪਿੱਛੇ ਵੇਖੋ ਕਿਹੜੇ ਕੰਮ ਕਰਦੇ 30 30 ਇਹਨਾਂ ਦੀ 30 30 ਔਕਾਤ ਇਹਨਾਂ ਦੀ 30 30 ਡਾਲਰ ਔਕਾਤ ਇਹਨਾਂ ਸਾਲਿਆ ਮੇਰਿਆਂ ਦੀ ਭੈਣ ਦੇ ਯਾਰ ਬਣੇ ਫਿਰਦੇ ਨੇ ਬਾਕੀ ਜਿਹੜੇ ਕਿਸੇ ਬੰਦੇ ਨੂੰ ਸਬੂਤ ਚਾਹੀਦਾ ਥੱਲੇ ਮੇਰੇ ਡਿਸਕ੍ਰਿਪਸ਼ਨ ਚ ਲਿੰਕ ਆਂਦਾ ਪਿਆ ਇੰਸਟਾਗ੍ਰam ਦਾ ਇੰਸਟਾਗ੍ਰam ਤੇ ਆਓ ਤੁਹਾਨੂੰ ਮੈਂ ਦੱਸਦਾ ਕਿੱਥੇ ਕੀ ਕਰਨਾ ਵੇ ਤੇ ਮੀਤੀ ਦੇ ਤੁਹਾਨੂੰ ਸਾਰੀਆਂ ਫੋਟੋਆਂ ਮਿਲ ਜਾਣਗੀਆਂ ਸਾਰੀਆਂ ਤੁਸੀਂ ਵੀ 30 ਡਾਲਰ ਦਿਓ ਤੇ ਰੰਗਾ ਰੰਗ ਪ੍ਰੋਗਰਾਮ ਲਈ ਸ਼ਿਕਾਰਾ ਵੇਖੋ ਹਾਂਜੀ ਮਿਲਦੇ ਆ ਜੀ ਕਿਸੇ ਅਗਲੀ ਵੀਡੀਓ ਚ ਸਾਰਿਆਂ ਨੂੰ ਪਿਆਰ ਭਰੀ ਸਤਿ ਜੀ ਰਿਕਾ